ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਗਣਵਾੜੀ ਸੁਪਰਵਾਈਜ਼ਰ ਦਾ ਪੇਪਰ 25 ਸਤੰਬਰ ਨੂੰ ਹੋਣ ਜਾ ਰਿਹਾ ਹੈ ਕੁਝ ਅਫਵਾਹਾਂ ਵੀ ਫੈਲ ਰਹੀਆਂ ਕਿ ਪੇਪਰ ਕੈਂਸਲ ਹੋ ਗਿਆ ਭਰਤੀ ਕੈਂਸਲ ਹੋ ਗਈ ਇਹ ਭਰਤੀ ਕੈਂਸਲ ਨਹੀਂ ਹੋਈ 2021 ਦੇ ਵਿੱਚ ਜੋ ਪੋਸਟਾਂ ਆਈਆਂ ਸੀ ਅੰਗਣਵਾੜੀ ਵਰਕਰ ਮਿੰਨੀ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਉਹ ਵਾਲੀ ਭਰਤੀ ਕੈਂਸਲ ਹੋਈ ਹੈ ਅਤੇ ਉਹਨਾਂ ਦਾ ਤਾਂ ਕੋਈ ਵੀ ਪੇਪਰ ਨਹੀਂ ਹੋਣਾ ਸੀ ਠੀਕ ਹੈ ਹੁਣ ਉਹਨਾਂ ਦੀ ਜਗ੍ਹਾ ਨਵੀਂ ਭਰਤੀ ਆਏਗੀ 6000 ਪੋਸਟਾਂ ਅੰਗਣਵਾੜੀ ਦੇ ਵਿੱਚ ਆਉਣਗੀਆਂ ਬਾਕੀ ਸੁਪਰਵਾਈਜ਼ਰ ਦੀਆਂ ਪੋਸਟਾਂ ਲੱਗ ਸੀ ਉਹ ਪੋਸਟਾਂ ਲੱਗ ਸੀ ਉਹ ਕੈਨਸਲ ਨਹੀਂ ਹੋਇਆ ਅਫਵਾਹਾਂ ਦੇ ਉੱਤੇ ਧਿਆਨ ਨਾ ਦਿਓ ਠੀਕ ਹੈ ਸੋ ਅੱਜ ਦੀ ਵੀਡੀਓ ਵਿੱਚ ਮੈਂ ਸਪੈਸ਼ਲ ਕੰਪਿਊਟਰ ਦੀ ਕਲਾਸ ਲੈ ਕੇ ਆਇਆ ਤੁਹਾਡੇ ਲਈ ਠੀਕ ਹੈ ਕੰਪਿਊਟਰ ਦੀਆਂ 3-4 ਕਲਾਸਾਂ ਮੈਂ ਤੁਹਾਨੂੰ ਪੜ੍ਹਾਉਂਗਾ ਪੀਪਰ ਤੋਂ ਪਹਿਲਾਂ 25 ਤਰੀਕ ਤੋਂ ਪਹਿਲਾਂ ਪਹਿਲਾਂ ਠੀਕ ਹੈ ਸੋ ਸਾਰੇ ਜਾਣੇ ਧਿਆਨ ਨਾਲ ਇਹਨਾਂ ਕਲਾਸਾਂ ਨੂੰ ਲਗਾਓ ਠੀਕ ਹੈ ਕਿਉਂਕਿ ਮੈਂ ਸਿਰਫ ਜ਼ਰੂਰੀ ਗੱਲਾਂ ਹੀ ਇਸ ਵੀਡੀਓ ਵਿੱਚ ਤੁਹਾਨੂੰ ਕਰਵਾਉਂਗਾ ਕਿਉਂਕਿ ਪੜ੍ਹਾਉਣ ਨੂੰ ਤਾਂ ਇਹ ਟੌਪਿਕ ਹੈ ਜਿਹੜੇ ਪੜਾਉਣ ਨੂੰ ਤਾਂ ਇੱਕ ਹਫਤਾ ਲੱਗ ਸਕਦਾ ਹੈ ਪਰ ਮੈਂ ਇਹਨਾਂ ਇਹਨਾਂ ਦਾ ਨਿਚੋੜ ਕੱਢਿਆ ਬੇਸਿਕ ਕੰਪਿਊਟਰ ਦਾ ਠੀਕ ਹੈ ਜਿਸ ਤਰ੍ਹਾਂ ਦੇ ਕੁਐਸਚਨ ਪੇਪਰ ਵਿੱਚ ਆ ਸਕਦੇ ਆ ਸੋ ਮਨੂੰ ਵੀ ਪਤਾ ਹੈ ਕਿ ਤਿਆਰੀ ਲਈ ਘੱਟ ਟਾਈਮ ਹੈ ਸੋ ਮੈਂ ਇੰਪੋਰਟੈਂਟ ਚੀਜ਼ਾਂ ਹੀ ਤੁਹਾਨੂੰ ਇਸ ਵੀਡੀਓ ਵਿੱਚ ਕਰਵਾਉਂਗਾ ਸਭ ਤੋਂ ਪਹਿਲਾ ਟੌਪਿਕ ਹੈ ਬੇਸਿਕ ਆਫ ਕੰਪਿਊਟਰ ਠੀਕ ਹੈ 10 ਨੰਬਰ ਦਾ ਕੰਪਿਊਟਰ ਆਉਣਾ ਤੁਹਾਨੂੰ ਬੇਸਿਕ ਆਫ ਕੰਪਿਊਟਰ ਦੇ ਵਿੱਚ ਜਿੰਨੇ ਵੀ ਟੌਪਿਕ ਬਣਦੇ ਆ ਸਾਰੇ ਮੈਂ ਤੁਹਾਨੂੰ ਕਰਵਾ ਦੇਣੇ ਆ ਠੀਕ ਹੈ ਉਸ ਤੋਂ ਬਾਅਦ ਬਾਕੀ ਜਿਹੜੇ ਜਿੰਨੇ ਵੀ ਟੋਪਿਕ ਆ ਉਹ ਮੈਂ 3-4 ਵੀਡੀਓ ਬਣਾ ਕੇ ਤੁਹਾਨੂੰ ਸਾਰੇ ਕਵਰ ਕਰਵਾ ਦੇਣੇ ਆ ਕੰਪਿਊਟਰ ਦੇ ਠੀਕ ਹੈ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਹਾਡੇ ਲਈ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਸਪੈਸ਼ਲ ਨੋਟਸ ਥਿਊਰੀ ਪਲੱਸ ਐਮਸੀਕਿਊ ਤਿਆਰ ਕੀਤੇ ਗਏ ਆ ਅਤੇ ਮੌਕ ਟੈਸਟ ਤਿਆਰ ਕੀਤੇ ਗਏ ਆ ਸਾਰੇ ਸਿਲੇਬਸ ਦੇ ਅਕੋਰਡਿੰਗ ਠੀਕ ਹੈ ਨੋਟਸ ਤੁਹਾਨੂੰ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਮਿਲਣਗੇ ਮੋਕ ਟੈਸਟ ਸਾਰੇ ਸਬਜੈਕਟਾਂ ਦੇ ਬਣਾਏ ਗਏ ਆ ਜਿਵੇਂ ਤੁਹਾਡਾ ਜਿਵੇਂ ਤੁਹਾਡਾ ਪੇਪਰ ਆਉਣਾ ਹੈ 1 ਤੋਂ ਲੈ ਕੇ 100 ਨੰਬਰ ਦਾ ਪੇਪਰ ਹੋਣਾ ਠੀਕ ਹੈ ਇਸ ਦੇ ਵਿੱਚ ਸਾਰੇ ਹੀ ਸਬਜੈਕਟ ਹੈ ਪੰਜਾਬੀ ਇੰਗਲਿਸ਼ ਰੀ ਇੰਜੀਨੀਅਰਿੰਗ ਮੈਥ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਸਿਰਫ 200 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਗੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੀ ਥਿਊਰੀ ਪਲੱਸ ਐਮਸੀਕਿਊ ਅਤੇ ਮੋਕ ਟੈਸਟ ਠੀਕ ਹੈ ਮੇਰਾ ਇਹ ਵਟਸਐਪ ਨੰਬਰ ਹੈ ਇਸ ਦੇ ਉੱਤੇ Google Pay PhonePe ਜਾਂ Paytm ਤੁਸੀਂ ਕਰ ਸਕਦੇ ਹੋ 200 ਰੁਪਈਸ ਹਰਮਨਦੀਪ ਸਿੰਘ ਨਾਮ ਆਵੇਗਾ ਠੀਕ ਹੈ ਸੋ ਇਹ WhatsApp ਦੇ ਉੱਤੇ ਤੁਹਾਨੂੰ PDF ਦਿੱਤੀ ਜਾਏਗੀ ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਤੁਸੀਂ ਇਸ ਕਲਾਸ ਨੂੰ ਲਗਾਉਣ ਤੋਂ ਬਾਅਦ ਜੇ ਤੁਸੀਂ ਲੈਣਾ ਚਾਹੁੰਦੇ ਹੋ ਨਾ ਨੋਟਸਾਂ ਨੂੰ ਤੇ ਮੋਕ ਟੈਸਟਾਂ ਨੂੰ ਤਾਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਲਿਓ ਠੀਕ ਹੈ ਇਹ ਹੀ ਮੇਰਾ WhatsApp ਨੰਬਰ ਹੈ ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦਾ ਇਹਨਾਂ ਨੋਟਸਾਂ ਵਿੱਚ ਤੁਹਾਨੂੰ ਕੀ ਕੀ ਮਿਲੇਗਾ ਇਹ ਨੋਟਸ ਇਸ ਤਰ੍ਹਾਂ ਬਣਾਏ ਗਏ ਹਨ ਤਾਂ ਜੋ ਤੁਸੀਂ ਘੱਟ ਟਾਈਮ ਦੇ ਵਿੱਚ ਇਹਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਕਰ ਸਕੋ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਜਿੰਨੇ ਵੀ ਤੁਹਾਡੇ ਸਿਲੇਬਸ ਦੇ ਵਿੱਚ ਟੌਪਿਕ ਦਿੱਤੇ ਹੋਏ ਆਂ ਹਰੇਕ ਟੌਪਿਕ ਦੀ ਤੁਹਾਨੂੰ ਥਿਊਰੀ ਮਿਲੇਗੀ ਐਮਸੀਕਿਊ ਮਿਲਣਗੇ ਠੀਕ ਹੈ ਆ ਦੇਖ ਲਓ ਸਭ ਤੋਂ ਪਹਿਲਾ ਜਿਹੜਾ ਟੌਪਿਕ ਆ ਗਿਆ ਚਾਈਲਡ ਡਿਵੈਲਪਮੈਂਟ ਇਹ ਕੀ ਹੁੰਦਾ ਇਸ ਦੀ ਥਿਊਰੀ ਹੋਊਗੀ ਤੇ ਐਮਸੀਕਿਊ ਹੋਗੇ ਠੀਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਤੁਹਾਨੂੰ ਕੱਲੇ-ਕੱਲੇ ਟੌਪਿਕ ਦੀ ਥਿਊਰੀ ਪਲੱਸ ਐਮਸੀਕਿਊ ਮਿਲ ਜਾਣਗੇ ਤੇ ਮੌਕ ਟੈਸਟ ਵੀ ਦਿਖਾ ਦਿੰਨਾ ਉਹ ਕਿਵੇਂ ਬਣਾਏ ਗਏ ਆ ਮੌਕ ਟੈਸਟਾਂ ਦੇ ਵਿੱਚ ਤੁਹਾਨੂੰ ਜੀਕੇ ਮੈਥ ਰੀਜ਼ਨਿੰਗ ਕੰਪਿਊਟਰ ਸਾਰਾ ਕੁਝ ਮਿਲ ਜੇਗਾ 100 ਕੁਐਸਚਨ ਇੱਕ ਮੌਕ ਟੈਸਟ ਦੇ ਵਿੱਚ ਆ ਪੰਜ ਮੌਕ ਟੈਸਟ ਹੋਣਗੇ ਤਿੰਨ ਪਹਿਲਾਂ ਦਿੱਤੇ ਜਾਣਗੇ ਇਸ ਪੀਡੀਐਫ ਦੇ ਵਿੱਚ ਹੀ ਦੋ ਮੌਕ ਟੈਸਟ ਤੁਹਾਨੂੰ 1-2 ਦਿਨ ਬਾਅਦ ਮਿਲ ਜਾਣਗੇ ਠੀਕ ਹੈ ਸੋ ਪਹਿਲਾਂ ਤੁਹਾਡੇ 100 ਕੁਐਸਚਨ ਹੋਣਗੇ ਉਸ ਤੋਂ ਬਾਅਦ نیچے ਆਨਸਰ ਕੀ ਹੋਏਗੀ ਅਤੇ ਮੈਥ ਤੇ ਰੀਜ਼ਨਿੰਗ ਦਾ ਸੋਲੂਸ਼ਨ ਵੀ ਤੁਹਾਨੂੰ ਮਿਲ ਜੇਗਾ ਠੀਕ ਹੈ ਆ ਆਨਸਰ ਕੀ ਆ ਗਈ ਤੇ ਮੈਥ ਅਤੇ ਰੀਜਨਿੰਗ ਦਾ ਸੋਲੂਸ਼ਨ ਆ ਗਿਆ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਮੌਕ ਟੈਸਟ ਨੂੰ ਆਪ ਖੁਦ ਦੇਣਾ ਹੈ ਆਨਸਰ ਖੁਦ ਦੇਣੇ ਹਨ ਇਹਨਾਂ ਦੇ ਉਸ ਤੋਂ ਬਾਅਦ ਆਪਣਾ ਚੈੱਕ ਕਰਨਾ ਹੈ ਆਨਸਰ ਕੀ ਨਾਲ ਆਨਸਰ ਮਿਲਾ ਕੇ ਦੇਖ ਲਿਓ ਜਾਂ ਜੇ ਕੋਈ ਮੈਥ ਜਾਂ ਰੀਜਨਿੰਗ ਦਾ ਸਮ ਸਮਝ ਨਹੀਂ ਆਉਂਦਾ ਤਾਂ ਉਸ ਦਾ ਸੋਲੂਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੋ ਸਪੈਸ਼ਲ ਕਲਾਸ ਤੁਹਾਡੀ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਕੰਪਿਊਟਰ ਤੋਂ ਕੰਪਿਊਟਰ ਹੁੰਦਾ ਕੀ ਹੈ ਠੀਕ ਹੈ ਕੰਪਿਊਟਰ ਇੱਕ ਇੱਕ ਤਰ੍ਹਾਂ ਦੀ ਮਸ਼ੀਨ ਹੈ ਕੰਪਿਊਟਰ ਜੋ ਕਿ ਇਨਫੋਰਮੇਸ਼ਨ ਨੂੰ ਸਟੋਰ ਕਰਦੀ ਹੈ ਪ੍ਰੋਸੈਸ ਕਰਦੀ ਹੈ ਠੀਕ ਹੈ ਜਿਹੜਾ ਕੰਪਿਊਟਰ ਹੈ ਉਹ ਇੱਕ ਬਾਈਨਰੀ ਸਿਸਟਮ ਦੇ ਉੱਤੇ ਕੰਮ ਕਰਦਾ ਹੈ ਜੋ ਕਿ ਡਾਟਾ ਨੂੰ ਸਟੋਰ ਕਰਨ ਐਲਗੋਰਿਦਮ ਦੀ ਗਣਨਾ ਕਰਨ ਅਤੇ ਇਨਫੋਰਮੇਸ਼ਨ ਨੂੰ ਸ਼ੋਅ ਕਰਨ ਵਰਗੇ ਕੰਮਾਂ ਨੂੰ ਕਰਦਾ ਹੈ ਠੀਕ ਹੈ ਬਾਈਨਰੀ ਸਿਸਟਮ ਦੇ ਵਿੱਚ ਕੀ ਕੀ ਆਉਂਦਾ ਜ਼ੀਰੋ ਐਂਡ 1 ਠੀਕ ਹੈ ਜੋ ਵੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ ਕੰਪਿਊਟਰ ਦੇ ਵਿੱਚ ਉਹ ਹੁੰਦੀ ਹੈ 0 ਐਂਡ 1 ਦੀ ਫਾਰਮ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਇਹ ਕੁਐਸਚਨ ਬਣ ਸਕਦਾ ਕਿ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਮਸ਼ੀਨ ਹੈ ਠੀਕ ਹੈ ਕਿਹੜੇ ਸਿਸਟਮ ਦੇ ਉੱਤੇ ਕੰਮ ਕਰਦਾ ਇਹ ਕੁਐਸਚਨ ਬਣੇਗਾ ਬਾਈਨਰੀ ਸਿਸਟਮ ਦੇ ਉੱਤੇ ਬਾਈਨਰੀ ਸਿਸਟਮ ਦੇ ਵਿੱਚ ਕੀ ਆ ਜਾਂਦਾ 0 ਐਂਡ 1 ਨੈਕਸਟ ਹੈ ਕੰਪਿਊਟਰ ਹੈ ਜਿਹੜਾ ਉਹ ਬਹੁਤ ਸਾਰੇ ਆਕਾਰਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਕੰਪਿਊਟਰ ਦਾ ਜਿਹੜਾ ਸਾਈਜ਼ ਹੈ ਉਹ ਆਪਣੀ ਮਤਲਬ ਆਪਣੇ ਹੱਥ ਦੇ ਵਿੱਚ ਆ ਸਕਦਾ ਅਤੇ ਆਪਣੀ ਪਾਕਟ ਦੇ ਵਿੱਚ ਇੱਥੇ ਤੋਂ ਲੈ ਕੇ 398 ਤੱਕ ਬਜਣੀ ਵਾਲੇ ਸੁਪਰ ਕੰਪਿਊਟਰ ਵੀ ਹੈਗੇ ਆ ਠੀਕ ਹੈ ਜਿਨ੍ਹਾਂ ਦਾ ਇੰਨਾ ਜ਼ਿਆਦਾ ਬਜਣਾ ਇੱਕ ਮਤਲਬ ਇੱਕ ਜਿਹੜਾ ਫੋਨ ਹੈ ਉਹ ਵੀ ਇੱਕ ਤਰ੍ਹਾਂ ਦਾ ਕੰਪਿਊਟਰ ਹੈ ਠੀਕ ਹੈ ਸੋ ਆਪਣੇ ਹੱਥ ਤੋਂ ਲੈ ਕੇ ਇਨਨੇ ਵੱਡੇ ਕੰਪਿਊਟਰ ਆ ਕਿ ਉਹਨਾਂ ਦਾ ਭਜਨ 300 ਟਨ ਤੱਕ ਹੈ ਜਿਨ੍ਹਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਂਦਾ ਹੈ ਕੰਪਿਊਟਰ ਇੱਕ ਡਿਜੀਟਲ ਇਲੈਕਟ੍ਰੋਨਿਕ ਮਸ਼ੀਨ ਹੈ ਜਿਸ ਨੂੰ ਗਣਿਤ ਜਾਂ ਲਾਜੀਕਲ ਆਪਰੇਸ਼ਨਾਂ ਦੇ ਕ੍ਰਮ ਨੂੰ ਆਪਣੇ ਆਪ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਹੈ ਠੀਕ ਹੈ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਕਿ ਕੈਲਕੂਲੇਸ਼ਨ ਅਤੇ ਲਾਜੀਕਲ ਆਪਰੇਸ਼ਨ ਪਰਫਾਰਮ ਕਰਦੀ ਹੈ ਠੀਕ ਹੈ ਜਿਹੜੇ ਸ਼ੁਰੂਆਤ ਦੇ ਵਿੱਚ ਕੰਪਿਊਟਰ ਬਣੇ ਸੀ ਉਹਨਾਂ ਦਾ ਪ੍ਰਯੋਗ ਸਿਰਫ ਕੈਲਕੂਲੇਸ਼ਨ ਕਰਨ ਲਈ ਕੀਤਾ ਜਾਂਦਾ ਸੀ ਠੀਕ ਹੈ ਇੱਕ ਕੁਐਸਚਨ ਹੋਰ ਬਣਦਾ ਸ਼ੁਰੂਆਤੀ ਜਿਹੜਾ ਕੈਲਕੂਲੇਸ਼ਨ ਜੰਤਰ ਸੀ ਉਹ ਕਿਹੜਾ ਸੀ ਤਾਂ ਉਹ ਸੀ ਅਬੈਕਸ ਠੀਕ ਹੈ ਅਬੈਕਸ ਯਾਦ ਰੱਖਿਓ ਸ਼ੁਰੂਆਤੀ ਗਣਨਾ ਕਰਨ ਲਈ ਜੰਤਰ ਇਹ ਕੁਐਸਚਨ ਆਇਆ ਹੋਇਆ ਪਹਿਲਾਂ ਪੇਪਰਾਂ ਦੇ ਵਿੱਚ ਤਾਂ ਉਹ ਸੀ ਅਵੈਕਸ ਹੁਣ ਨੈਕਸਟ ਆਉਂਦਾ ਆਪਣੇ ਕੋਲ ਕਿ ਕੰਪਿਊਟਰ ਦਾ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ ਕੰਪਿਊਟਰ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਤਾਂ ਇਸ ਦਾ ਆਨਸਰ ਹੋ ਜਾਏਗਾ ਚਾਰਲਸ ਬੈਬੇਜ ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਫਾਦਰ ਮੰਨਿਆ ਜਾਂਦਾ ਹੈ ਨੈਕਸਟ ਆ ਗਈ ਆਪਣੇ ਕੋਲ ਕਲਾਸੀਫਿਕੇਸ਼ਨ ਆਫ ਕੰਪਿਊਟਰ ਬਾਏ ਸਾਈਜ਼ ਸਾਈਜ਼ ਦੇ ਹਿਸਾਬ ਨਾਲ ਕੰਪਿਊਟਰ ਦੀ ਕਲਾਸੀਫਿਕੇਸ਼ਨ ਠੀਕ ਹੈ ਸੁਪਰ ਕੰਪਿਊਟਰ ਹੋ ਗਏ ਮੇਨ ਫਰੇਮ ਕੰਪਿਊਟਰ ਹੋਗੇ ਮਿੰਨੀ ਕੰਪਿਊਟਰ ਹੋਗੇ ਪਰਸਨਲ ਕੰਪਿਊਟਰ ਹੋਗੇ ਠੀਕ ਹੈ ਸੁਪਰ ਕੰਪਿਊਟਰ ਕਿਹੜੇ ਹੁੰਨੇ ਆ ਸੁਪਰ ਕੰਪਿਊਟਰ ਜਿਹੜੇ ਹੁੰਨੇ ਆ ਬਹੁਤ ਹੀ ਪਾਵਰਫੁਲ ਹੁੰਨੇ ਆ ਬਹੁਤ ਹੀ ਸ਼ਕਤੀਸ਼ਾਲੀ ਹੁੰਨੇ ਆ ਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡਾਟਾ ਜਿਹੜਾ ਉਹ ਪ੍ਰੋਸੈਸ ਹੁੰਦਾ ਏ ਠੀਕ ਹੈ ਸੋ ਇਹ ਬਹੁਤ ਜ਼ਿਆਦਾ ਫਾਸਟ ਹੁੰਨੇ ਆ ਸੁਪਰ ਕੰਪਿਊਟਰ ਕੈਲਕੂਲੇਸ਼ਨਾਂ ਦੀ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਠੀਕ ਹੈ ਤੋ ਇਹ ਕਿੱਥੇ ਕਿੱਥੇ ਯੂਜ਼ ਹੁੰਨੇ ਆ ਇਹ ਪੁੱਛਿਆ ਜਾ ਸਕਦਾ ਤੁਹਾਨੂੰ ਜਿਹੜੇ ਸੁਪਰ ਕੰਪਿਊਟਰ ਆ ਉਹ ਮੇਨਲੀ ਕਿੱਥੇ ਯੂਜ਼ ਹੁੰਨੇ ਆ ਇਹ ਸੈਂਟਿਸਟਸ ਜਿਹੜੇ ਉਹ ਯੂਜ਼ ਕਰਦੇ ਆ ਇੰਜੀਨੀਅਰ ਯੂਜ਼ ਕਰਦੇ ਆ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਯੂਜ਼ ਹੁੰਨੇ ਆ ਡਿਫੈਂਸ ਐਰੋਸਪੇਸ ਠੀਕ ਹੈ ਸਪੇਸ ਨਾਲ ਰਿਲੇਟਡ ਕਿਉਂਕਿ ਤੁਸੀਂ ਸੁਣਿਆ ਹੋਣਾ ਕਿ ਇੱਥੋਂ ਕੋਈ ਉਪਗ੍ਰਹਿ ਆਪਾਂ ਭੇਜਦੇ ਆ ਧਰਤੀ ਤੋਂ ਠੀਕ ਹੈ ਜਿਵੇਂ NASA ਵਗੈਰਾ ਉਹ ਕੋਈ ਭੇਜਦਾ ਉਪਗ੍ਰਹ ਹੈ ਉੱਪਰ ਤਾਂ ਉਹਨਾਂ ਤੋਂ ਉਹ ਹੁੰਦੇ ਆ ਸੁਪਰ ਕੰਪਿਊਟਰ ਨਾਲ ਅਟੈਚ ਹੁੰਦੇ ਆ ਉਹਨਾਂ ਤੋਂ ਜੋ ਵੀ ਫੋਟੋ ਆਉਂਦੀਆਂ ਜਾਂ ਜੋ ਇਨਫੋਰਮੇਸ਼ਨ ਆਉਂਦੀ ਹੈ ਤਾਂ ਉਸ ਨੂੰ ਲੈਣ ਵਾਸਤੇ ਪਾਵਰਫੁੱਲ ਕੰਪਿਊਟਰ ਚਾਹੀਦੇ ਹੁੰਦੇ ਆ ਠੀਕ ਹੈ ਤਾਂ ਸੁਪਰ ਕੰਪਿਊਟਰਾਂ ਦਾ ਯੂਜ਼ ਇਹਨਾਂ ਦੇ ਵਿੱਚ ਹੁੰਦਾ ਹੈ ਸੋ ਲਾਰਜ ਡਾਟਾਵੇਸ ਹੁੰਦਾ ਇਹਨਾਂ ਦਾ ਮਤਲਬ ਕਿ ਡਾਟਾ ਸਟੋਰ ਕਰਨ ਲਈ ਜੋ ਜਗ੍ਹਾ ਇਹ ਡਾਟਾਬੇਸ ਕਹਿੰਦੇ ਆ ਉਹਨੂੰ ਕੰਪਿਊਟਰ ਦੀ ਲੈਂਗੁਏਜ ਦੇ ਵਿੱਚ ਸੋ ਇਹ ਕਾਫੀ ਵੱਡੀ ਚਾਹੀਦੀ ਹੈ ਇਹਨਾਂ ਨੂੰ ਡਾਟਾਬੇਸ ਵੀ ਕਾਫੀ ਵੱਡਾ ਚਾਹੀਦਾ ਮੈਂ ਤੁਹਾਨੂੰ ਦੇਸੀ ਲੈਂਗੁਏਜ ਦੇ ਵਿੱਚ ਪੜਾ ਰਿਹਾ ਕਿਉਂਕਿ ਮੈਨੂੰ ਪਤਾ ਕਈਆਂ ਨੂੰ ਕੰਪਿਊਟਰ ਬਹੁਤ ਘੱਟ ਸਮਝ ਆਉਂਦਾ ਹੋਣਾ ਸੋ ਮੈਂ ਟਰਾਈ ਕਰ ਰਿਹਾ ਕਿ ਤੁਹਾਨੂੰ ਦੇਸੀ ਲੈਂਗੁਏਜ ਵਿੱਚ ਐਗਜ਼ਾਮਪਲਾਂ ਦੇ ਕੇ ਸਮਝਾਵਾਂ ਕਿਉਂਕਿ ਇੱਥੇ ਐਵੇਂ ਆ ਕਿ ਤੁਹਾਨੂੰ ਇੰਪੋਰਟੈਂਟ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਐ ਕਿਉਂਕਿ ਤੁਸੀਂ ਕੋਈ ਇੰਟਰਵਿਊ ਨਹੀਂ ਦੇਣੀ ਕੰਪਿਊਟਰ ਦੀ ਜਾਂ ਕੋਈ ਕੰਪਿਊਟਰ ਦਾ ਪੇਪਰ ਨਹੀਂ ਪਾਸ ਕਰਨਾ ਠੀਕ ਹੈ ਤੁਹਾਨੂੰ ਮੈਂ ਤਾਂ ਹੀ ਮੈਂ ਕੰਮ ਦੀਆਂ ਗੱਲਾਂ ਦੱਸ ਰਿਹਾ ਸੋ ਇਹਦੇ ਵਾਸਤੇ ਜਿਹੜੇ ਕੰਪੋਟੈਂਟ ਐ ਉਹ ਵੀ ਵੱਡੇ ਚਾਹੀਦੇ ਆ ਠੀਕ ਹੈ ਸੁਪਰ ਕੰਪਿਊਟਰ ਨੂੰ ਹੈਂਡਲ ਕਰਨ ਲਈ ਨੈਕਸਟ ਹੈ ਮੇਨ ਫਰੇਮ ਕੰਪਿਊਟਰ ਠੀਕ ਹੈ ਜਿਹੜੇ ਮੇਨ ਫਰੇਮ ਕੰਪਿਊਟਰ ਹੁੰਨੇ ਆ ਇਹ ਹਾਈ ਪਰਫਾਰਮ ਪਰਫਾਰਮੈਂਸ ਵਾਸਤੇ ਯੂਜ਼ ਹੁੰਨੇ ਆ ਠੀਕ ਹੈ ਜਿਹੜੀ ਲਾਰਜ ਇਨਫੋਰਮੇਸ਼ਨ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਯੂਜ਼ ਹੁੰਨੇ ਆ ਮੇਨ ਕੰਮ ਇਹਨਾਂ ਦਾ ਏ ਲਾਰਜ ਇਨਫੋਰਮੇਸ਼ਨ ਨੂੰ ਪ੍ਰੋਸੈਸਿੰਗ ਪ੍ਰੋਸੈਸ ਕਰਨਾ ਠੀਕ ਹੈ ਸੋ ਉਥੇ ਇਹ ਯੂਜ਼ ਹੁੰਨੇ ਆ ਮੇਨ ਫਰੇਮ ਕੰਪਿਊਟਰ ਜਿੱਥੇ ਲਾਰਜ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਨਾ ਹੁੰਦਾ ਏ ਸੋ ਇਹਨਾਂ ਜਗ੍ਹਾ ਦੇ ਵਿੱਚ ਯੂਜ਼ ਹੁੰਨੇ ਆ ਹੈਲਥ케ਅਰ ਦੇ ਵਿੱਚ ਅਕੈਡਮਿਕਸ ਜਿਵੇਂ ਕਿਸੇ ਕਿਸੇ ਸਕੂਲ ਦੇ ਵਿੱਚ ਵੱਡਾ ਸਕੂਲ ਆ ਕੋਈ ਵੱਡੀ ਕੋਈ ਯੂਨੀਵਰਸਿਟੀ ਹੈ ਲਾਇਬ੍ਰੇਰੀ ਦੇ ਵਿੱਚ ਠੀਕ ਹੈ ਲਾਰਜ ਬਿਜ਼ਨਸ ਹੈ ਕਿਸੇ ਦਾ ਉੱਥੇ ਇੰਸਟੀਟਿਊਸ਼ਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉੱਥੇ ਯੂਜ਼ ਹੁੰਨੇ ਆ ਠੀਕ ਹੈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕਿਹੜੇ ਹੋਗੇ ਬੈਂਕ ਵਗੈਰਾ ਹੋਗੇ ਠੀਕ ਹੈ ਸਟਾਕ ਬ੍ਰੋকারেਜ ਸ਼ੇਅਰ ਮਾਰਕੀਟ ਦੇ ਵਿੱਚ ਇੰਦਾ ਮੇਨ ਯੂਜ਼ ਹੁੰਦਾ ਮੇਨ ਫਰੇਮ ਕੰਪਿਊਟਰਾਂ ਦਾ ਠੀਕ ਹੈ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਪਰਸਨਲ ਕੰਪਿਊਟਰ ਜਿਹੜੇ ਪਰਸਨਲ ਕੰਪਿਊਟਰ ਹੁੰਨੇ ਆ ਇਹ ਸਾਈਜ਼ ਦੇ ਵਿੱਚ ਛੋਟੇ ਹੁੰਨੇ ਆ ਸੁਪਰ ਕੰਪਿਊਟਰਾਂ ਨਾਲੋਂ ਠੀਕ ਹੈ ਇਹਨਾਂ ਦੇ ਵਿੱਚ ਕੀ ਕੀ ਆ ਜਾਂਦਾ ਡੈਸਕਟਾਪ ਕੰਪਿਊਟਰ ਡੈਸਕਟਾਪ ਕੰਪਿਊਟਰ ਕਿਹੜੇ ਹੁੰਨੇ ਆ ਜਿਨ੍ਹਾਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਯੂਜ਼ ਕਰ ਸਕਦੇ ਆ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਯੂਜ਼ ਕਰ ਸਕਦੇ ਆ ਮਤਲਬ ਕਿ ਇੱਕ ਉਹ ਮੇਜ਼ ਦੇ ਉੱਤੇ ਜਿਨ੍ਹਾਂ ਨੂੰ ਰੱਖ ਕੇ ਇੱਕ ਸਕਰੀਨ ਹੁੰਦੀ ਹੈ ਮੋਨੀਟਰ ਹੁੰਦਾ ਤੇ ਸੀਪੀਯੂ ਹੁੰਦਾ ਏ ਠੀਕ ਹੈ ਉਹ ਹੁੰਦਾ ਡੈਸਕਟਾਪ ਕੰਪਿਊਟਰ ਉਸ ਤੋਂ ਬਾਅਦ ਆ ਗਿਆ ਲੈਪਟਾਪ ਲੈਪਟਾਪ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਨੂੰ ਆਪਾਂ ਕਿਤੇ ਵੀ ਕੈਰੀ ਕਰ ਸਕਦੇ ਹਾਂ ਲਿਜਾ ਸਕਦੇ ਹਾਂ ਕਿਤੇ ਵੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਟੈਬਲੇਟ ਟੈਬਲੇਟ ਆ ਇਹ ਲੈਪਟਾਪ ਨਾਲੋਂ ਛੋਟਾ ਹੋ ਜਾਂਦਾ ਉਸ ਤੋਂ ਬਾਅਦ ਆ ਗਿਆ ਸਮਾਰਟਫੋਨ ਸਮਾਰਟਫੋਨ ਵੀ ਇੱਕ ਤਰ੍ਹਾਂ ਦਾ ਕੰਪਿਊਟਰ ਹੈ ਠੀਕ ਹੈ ਸੋ ਪਰਸਨਲ ਕੰਪਿਊਟਰ ਦੀਆਂ ਐਗਜ਼ਾਮਪਲ ਆਹੀਆਂ ਡੈਸਕਟਾਪ ਹੋ ਗਿਆ ਲੈਪਟਾਪ ਹੋ ਗਿਆ ਟੈਬਲੇਟ ਹੋ ਗਿਆ ਸਮਾਰਟਫੋਨ ਹੋ ਗਿਆ ਨੈਕਸਟ ਹੈ ਕੰਪਿਊਟਰ ਜਨਰੇਸ਼ਨਸ ਵੈਰੀ ਇੰਪੋਰਟੈਂਟ ਇਸ ਦੇ ਵਿੱਚੋਂ ਇੱਕ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸ ਹੈ ਇਸ ਟੌਪਿਕ ਵਿੱਚੋਂ ਲਗਭਗ ਹਰੇਕ ਪੇਪਰ ਵਿੱਚ ਕੋਈ ਨਾ ਕੋਈ ਕੁਐਸਚਨ ਜਨਰੇਸ਼ਨਸ ਵਿੱਚੋਂ ਪੁੱਛਿਆ ਜਾ ਸਕਦਾ ਹੈ ਪੁੱਛਿਆ ਜਾਂਦਾ ਹੈ ਠੀਕ ਹੈ ਸੋ ਇਸ ਵਿੱਚੋਂ ਵੀ ਮੈਂ ਇੰਪੋਰਟੈਂਟ ਚੀਜ਼ਾਂ ਚੱਕੀਆਂ ਜੋ ਤੁਹਾਨੂੰ ਯਾਦ ਰੱਖਣੀਆਂ ਜ਼ਰੂਰੀਆਂ ਕਾਪੀ ਪੈਨ ਚੱਕ ਲਓ ਨੋਟ ਕਰ ਲਓ ਨਾਲ ਦੀ ਨਾਲ ਅ ਜਿਹੜੀ ਫਸਟ ਜਨਰੇਸ਼ਨ ਹੈ ਉਹ ਲਗਭਗ 1940 ਤੋਂ ਲੈ ਕੇ 1956 ਤੱਕ ਇਸ ਨੂੰ ਕਾਊਂਟ ਕੀਤਾ ਗਿਆ ਠੀਕ ਹੈ ਤਾਂ ਫਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬਸ ਦਾ ਯੂਜ਼ ਹੋਇਆ ਪੇਪਰ ਦੇ ਵਿੱਚ ਆ ਸਕਦਾ ਕਿ ਵੈਕਿਊਮ ਟਿਊਬਸ ਸਭ ਤੋਂ ਪਹਿਲਾਂ ਕਿਹੜੀ ਜਨਰੇਸ਼ਨ ਦੇ ਵਿੱਚ ਆਈਆਂ ਤਾਂ ਉਸ ਦਾ ਆਨਸਰ ਹੋ ਜਾਏਗਾ ਫਸਟ ਜਨਰੇਸ਼ਨ ਤਾਂ ਇਹ ਵੀ ਆ ਸਕਦਾ ਕਿ ਫਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀ ਯੂਜ਼ ਕੀਤਾ ਗਿਆ ਆਪਸ਼ਨਾਂ ਦੇ ਵਿੱਚ ਹੋਏਗਾ ਵੈਕਿਊਮ ਟਿਊਬਸ ਬਾਕੀ ਹੋਰ ਕੁਝ ਵੀ ਹੋਏਗਾ ਤਾਂ ਉਸ ਦਾ ਆਨਸਰ ਵੈਕਿਊਮ ਟਿਊਬ ਹੋਏਗਾ ਠੀਕ ਹੈ ਇੱਕ ਕੁਐਸਚਨ ਹੋਰ ਬਣਦਾ ਕਿ ਫਸਟ ਜਨਰੇਸ਼ਨਲ ਦੇ ਕੰਪਿਊਟਰਾਂ ਵਿੱਚ ਕਿਹੜੀ ਲੈਂਗੁਏਜ ਯੂਜ਼ ਕੀਤੀ ਗਈ ਤਾਂ ਉਸ ਦਾ ਆਨਸਰ ਹੋ ਜੇਗਾ ਮਸ਼ੀਨ ਲੈਂਗੁਏਜ ਯਾਦ ਰੱਖਿਓ ਫਸਟ ਜਨਰੇਸ਼ਨ ਕੰਪਿਊਟਰਾਂ ਦੇ ਵਿੱਚ ਜਿਹੜੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕੀਤੀ ਗਈ ਉਹ ਮਸ਼ੀਨ ਲੈਂਗੁਏਜ ਯੂਜ਼ ਕੀਤੀ ਗਈ ਠੀਕ ਹੈ ਮੈਮਰੀ ਲਈ ਕੀ ਯੂਜ਼ ਕੀਤਾ ਗਿਆ ਮੈਗਨੇਟਿਕ ਟੇਪ ਅਤੇ ਮੈਗਨੇਟਿਕ ਡਰਮਸ ਠੀਕ ਹੈ ਮੇਨ ਮੈਮਰੀ ਲਈ ਯੂਜ਼ ਕੀਤਾ ਗਿਆ ਮੈਗਨੇਟਿਕ ਟੇਪ ਅਤੇ ਮੈਗਨੇਟਿਕ ਡਰਮਸ ਵੈਕਿਊਮ ਟਿਊਬ ਮਸ਼ੀਨ ਲੈਂਗੁਏਜ ਮੈਗਨੇਟਿਕ ਟੇਪ ਅਤੇ ਮੈਗਨੇਟਿਕ ਡਰਮ ਠੀਕ ਹੈ ਫਸਟ ਜਨਰੇਸ਼ਨ ਲਿਖ ਕੇ ਆ ਚੀਜ਼ਾਂ ਲਿਖ ਲਓ ਇਹ ਚੀਜ਼ਾਂ ਯਾਦ ਰੱਖਣੀਆਂ ਵੈਕਿਊਮ ਟਿਊਬ ਮਸ਼ੀਨ ਲੈਂਗੁਏਜ ਯੂਜ਼ ਕੀਤੀ ਗਈ ਮੈਮਰੀ ਲਈ ਮੇਨ ਮੈਮਰੀ ਲਈ ਯੂਜ਼ ਕੀਤਾ ਗਿਆ ਮੈਗਨੇਟਿਕ ਟੇਪ ਅਤੇ ਮੈਗਨੇਟਿਕ ਡਰਮਸ ਠੀਕ ਹੈ ਬਾਕੀ ਇਨਪੁਟ ਆਉਟਪੁਟ ਡਿਵਾਈਸ ਲਈ ਕੀ ਯੂਜ਼ ਕੀਤਾ ਗਿਆ ਪੇਪਰ ਟੇਪ ਅਤੇ ਪ पंच ਕਾਰਡ ਠੀਕ ਹੈ ਪੇਪਰ ਟੇਪ ਅਤੇ ਪੰਜ ਕਾਰਡ ਯੂਜ਼ ਕੀਤਾ ਗਿਆ ਫਸਟ ਜਨਰੇਸ਼ਨਾਂ ਦੇ ਵਿੱਚ ਸਪੀਡ ਐਂਡ ਸਾਈਜ਼ ਸਪੀਡ ਬਹੁਤ ਸਲੋ ਸੀ ਇਹਨਾਂ ਦੀ ਠੀਕ ਹੈ ਸਾਈਜ਼ ਇਹਨਾਂ ਦੇ ਵੱਡੇ ਸੀ ਫਸਟ ਜਨਰੇਸ਼ਨ ਦੇ ਵਿੱਚ ਮਨ ਕੇ ਚਲੋ ਕਿ ਇੱਕ ਪੂਰਾ ਰੂਮ ਕਵਰ ਹੋ ਜਾਂਦਾ ਸੀ ਇੰਨੇ ਨੇ ਵੱਡੇ ਕੰਪਿਊਟਰ ਸੀ ਇਹ ਠੀਕ ਹੈ ਇਹਨਾਂ ਦੀਆਂ ਕੁਝ ਐਗਜ਼ਾਮਪਲਾਂ ਇਹ ਦੇਖ ਲਓ IBM 650 IBM 701 ਇੱਕ ਐਗਜ਼ਾਮਪਲ ਹੈ ਠੀਕ ਹੈ ਸੋ ਮੇਨ ਗੱਲਾਂ ਇਹੀ ਹੈ ਦੇ ਵਿੱਚ ਵੈਕਿਊਮ ਟਿਊਬ ਫਸਟ ਜਨਰੇਸ਼ਨ ਵਿੱਚ ਯੂਜ਼ ਹੋਈ ਮਸ਼ੀਨ ਲੈਂਗੁਏਜ ਯੂਜ਼ ਹੋਈ ਮੇਨ ਮੈਮਰੀ ਮੈਗਨੈਟਿਕ ਟੇਪ ਅਤੇ ਮੈਗਨੈਟਿਕ ਡਰਮਸ ਲਈ ਯੂਜ਼ ਕੀਤੇ ਗਏ ਮੇਨ ਮੈਮਰੀ ਲਈ ਇਨਪੁਟ ਆਊਟਪੁਟ ਡਿਵਾਈਸ ਪੇਪਰ ਟੇਪ ਅਤੇ ਪੰਜ ਕਾਰਡ ਇਹ ਯਾਦ ਰੱਖਿਓ ਤਿੰਨ ਚਾਰ ਕੁਐਸਚਨ ਠੀਕ ਹੈ ਮੇਨ ਆਈਸ ਦੇ ਵਿੱਚ ਸਭ ਤੋਂ ਜ਼ਿਆਦਾ ਯਾਦ ਰੱਖਣਾ ਕਿ ਮਸ਼ੀਨ ਲੈਂਗੁਏਜ ਅਤੇ ਵੈਕਿਊਮ ਟੂ ਠੀਕ ਹੈ ਇਹ ਕਾਫੀ ਸਲੋ ਸੀ ਅਤੇ ਕਾਫੀ ਆਕਾਰ ਦੇ ਵਿੱਚ ਵੱਡੇ ਸੀ ਠੀਕ ਹੈ ਨੈਕਸਟ ਆ ਗਈ ਆਪਣੀ ਸੈਕੰਡ ਜਨਰੇਸ਼ਨ ਏਸੀ 1956 ਤੋਂ 1963 ਤਾਂ ਇਹਦੇ ਵਿੱਚ ਆ ਗਿਆ ਵੈਕਿਊਮ ਟਿਊਬ ਦੀ ਜਗ੍ਹਾ 트랜ਜ਼ਿਸਟਰ 트랜ਜ਼ਿਸਟਰ ਇਸ ਦੇ ਵਿੱਚ ਯੂਜ਼ ਕੀਤੇ ਗਏ ਅ ਪ੍ਰੋਗਰਾਮਿੰਗ ਲੈਂਗੁਏਜ ਇਸ ਦੇ ਵਿੱਚ ਮਸ਼ੀਨ ਲੈਂਗੁਏਜ ਅਤੇ ਅਸੈਂਬਲੀ ਲੈਂਗੁਏਜ ਯੂਜ਼ ਕੀਤੀ ਗਈ ਸੈਕੰਡ ਜਨਰੇਸ਼ਨ ਦੇ ਵਿੱਚ ਕੁਐਸਚਨ ਆ ਸਕਦਾ ਕਿ ਸੈਕੰਡ ਜਨਰੇਸ਼ਨ ਦੇ ਵਿੱਚ ਕਿਹੜੀ ਲੈਂਗੁਏਜ ਯੂਜ਼ ਕੀਤੀ ਗਈ ਮਸ਼ੀਨ ਲੈਂਗੁਏਜ ਐਂਡ ਅਸੈਂਬਲੀ ਲੈਂਗੁਏਜ ਠੀਕ ਹੈ ਮੈਮਰੀ ਲਈ ਮੈਗਨੇਟਿਕ ਕੋਰ ਅਤੇ ਮੈਗਨੇਟਿਕ ਡਿਸਕ ਯੂਜ਼ ਕੀਤਾ ਗਿਆ ਠੀਕ ਹੈ ਸਭ ਤੋਂ ਇੰਪੋਰਟੈਂਟ ਯਾਦ ਰੱਖਣਾ ਹੈ 트랜ਜ਼ਿਸਟਰ ਸੈਕੰਡ ਜਨਰੇਸ਼ਨ ਦੇ ਵਿੱਚ ਯੂਜ਼ ਕੀਤਾ ਗਿਆ ਤੇ ਅਸੈਂਬਲੀ ਲੈਂਗੁਏਜ ਵੀ ਸੈਕੰਡ ਜਨਰੇਸ਼ਨ ਦੇ ਵਿੱਚ ਆਈ ਠੀਕ ਹੈ ਇਨਪੁੱਟ ਆਊਟਪੁੱਟ ਡਿਵਾਈਸ ਉਹੀ ਮੈਗਨੈਟਿਕ ਟੇਪ ਅਤੇ ਪੰਚ ਕਾਰਡ ਯੂਜ਼ ਕੀਤੇ ਗਏ ਠੀਕ ਹੈ ਸਮਝਾਉਣ ਨੂੰ ਤਾਂ ਮੈਂ ਤੁਹਾਨੂੰ ਇੱਕ ਇੱਕ ਚੀਜ਼ ਵੀ ਐਕਸਪਲੇਨ ਕਰ ਸਕਦਾ ਮੈਗਨੈਟਿਕ ਟੇਪ ਕੀ ਹੁੰਦੀ ਹੈ ਪੰਚ ਕਾਰਡ ਕੀ ਹੁੰਦਾ ਪਰ ਤੁਹਾਨੂੰ ਸਿਰਫ ਇੰਪੋਰਟੈਂਟ ਗੱਲਾਂ ਹੀ ਮੈਂ ਦੱਸ ਰਿਹਾ ਜੋ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੀਆਂ ਹਨ ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੋ ਫालतੂ ਦੀਆਂ ਠੀਕ ਹੈ ਨਾ ਤੁਹਾਨੂੰ ਕਰਨ ਦੀ ਜ਼ਰੂਰਤ ਹੈ ਠੀਕ ਹੈ ਜੋ ਕੰਮ ਦੀ ਗੱਲ ਹੈ ਉਹ ਹੀ ਕਰੋ ਸੋ ਇਹਨਾਂ ਦਾ ਜਿਹੜਾ ਸਾਈਜ਼ ਹੈ ਉਹ ਪਹਿਲੀ ਜਨਰੇਸ਼ਨ ਨਾਲੋਂ ਛੋਟਾ ਹੋ ਗਿਆ ਸੀ ਲੋ ਪਾਵਰ ਕੰਜ਼ੂਮ ਹੋ ਗਿਆ ਸੀ ਇਹ ਮਤਲਬ ਕਿ ਪਾਵਰ ਘੱਟ ਯੂਜ਼ ਕਰਦੇ ਸੀ ਫਸਟ ਜਨਰੇਸ਼ਨ ਨਾਲੋਂ ਤੇ ਫਸਟ ਜਨਰੇਸ਼ਨ ਵਾਲੇ ਕਾਫੀ ਜ਼ਿਆਦਾ ਹੀਟ ਪੈਦਾ ਕਰਦੇ ਸੀ ਇਹ ਉਹਦੇ ਨਾਲ ਥੋੜੀ ਜਿਹੀ ਘੱਟ ਹੀਟ ਪੈਦਾ ਕਰਦੇ ਸੀ ਠੀਕ ਹੈ ਸੋ ਇਹ ਮੇਨ ਹੈ ਬਾਕੀ ਇਹਨਾਂ ਦੀ ਐਗਜ਼ਾਮਪਲਾਂ ਦੇਖ ਲਓ ਇਹ ਸੈਕੰਡ ਜਨਰੇਸ਼ਨ ਦੀਆਂ ਉਸ ਤੋਂ ਬਾਅਦ ਆ ਗਈ ਥਰਡ ਜਨਰੇਸ਼ਨ ਥਰਡ ਜਨਰੇਸ਼ਨ ਦੇ ਵਿੱਚ ਆ ਕੇ ਮੇਨ ਇੰਟੀਗ੍ਰੇਟਿਡ ਸਰਕਟ ਠੀਕ ਹੈ ਪਹਿਲੇ ਦੇ ਵਿੱਚ ਕੀ ਆਇਆ ਵੈਕਿਊਮ ਟਿਊਬ ਦੂਜੇ ਦੇ ਵਿੱਚ ਕੀ ਆਇਆ 트랜ਜ਼ਿਸਟਰ ਤੀਜੇ ਦੇ ਵਿੱਚ ਆ ਗਿਆ ਇੰਟੀਗ੍ਰੇਟਿਡ ਸਰਕਟਸ ਠੀਕ ਹੈ 1964 ਤੇ ਲੈ ਕੇ 1971 ਤੱਕ ਇਸ ਨੂੰ ਕਾਊਂਟ ਕੀਤਾ ਗਿਆ ਠੀਕ ਹੈ ਇਸ ਦੇ ਵਿੱਚ ਕਿਹੜੀ ਯੂਜ਼ ਕੀਤੀ ਗਈ ਪ੍ਰੋਗਰਾਮਿੰਗ ਲੈਂਗੁਏਜ ਹਾਈ ਲੈਵਲ ਲੈਂਗੁਏਜ ਯੂਜ਼ ਕੀਤੀ ਗਈ ਇਸ ਦੇ ਵਿੱਚ ਠੀਕ ਹੈ ਸੋ ਕੁਐਸਚਨ ਇਹ ਵੀ ਬਣਦਾ ਕਿ ਹਾਈ ਲੈਵਲ ਲੈਂਗੁਏਜ ਕਿਹੜੀ ਜਨਰੇਸ਼ਨ ਵਿੱਚ ਯੂਜ਼ ਕੀਤੀ ਗਈ ਤਾਂ ਉਸ ਦਾ ਆਨਸਰ ਆਏਗਾ 3rd ਜਨਰੇਸ਼ਨ ਸੈਕੰਡ ਜਨਰੇਸ਼ਨ ਦੇ ਵਿੱਚ ਅਸੈਂਬਲੀ ਲੈਂਗੁਏਜ ਆਈ ਠੀਕ ਹੈ ਫਸਟ ਦੇ ਵਿੱਚ ਮਸ਼ੀਨ ਲੈਂਗੁਏਜ ਇਹ ਵੀ ਤੁਸੀਂ ਲਿਖ ਸਕਦੇ ਆ ਫਸਟ ਜਨਰੇਸ਼ਨ ਮਸ਼ੀਨ ਲੈਂਗੁਏਜ ਸੈਕੰਡ ਜਨਰੇਸ਼ਨ ਅਸੈਂਬਲੀ ਲੈਂਗੁਏਜ ਅਤੇ ਥਰਡ ਜਨਰੇਸ਼ਨ ਹਾਈ ਲੈਵਲ ਲੈਂਗੁਏਜ 메모ਰੀ ਦੇ ਵਿੱਚ ਲਾਰਜ ਮੈਗਨੇਟਿਕ ਕੋਰ ਆ ਗਿਆ ਮੈਗਨੇਟਿਕ ਟੇਪ ਡਿਸਕ ਆ ਗਿਆ ਠੀਕ ਹੈ ਇਹ 메모ਰੀ ਲਈ ਯੂਜ਼ ਕੀਤਾ ਗਿਆ ਅ ਇਸ ਇਸ ਜਨਰੇਸ਼ਨ ਦੇ ਵਿੱਚ ਮੋਨੀਟਰ ਆ ਗਏ ਕੀਬੋਰਡ ਪ੍ਰਿੰਟਰ ਠੀਕ ਹੈ ਇਨਪੁਟ ਆਉਟਪੁਟ ਡਿਵਾਈਸ ਇਹ ਆ ਗਿਆ ਇਸ ਦੇ ਵਿੱਚ ਕੀਬੋਰਡ ਮੋਨੀਟਰ ਪ੍ਰਿੰਟਰ ਮੈਗਨੇਟਿਕ ਟੇਪ ਠੀਕ ਹੈ ਬਾਕੀ ਇਹ ਐਗਜ਼ਾਮਪਲ ਆ 3rd ਜਨਰੇਸ਼ਨ ਦੀਆਂ 4th ਜਨਰੇਸ਼ਨ ਕੰਪਿਊਟਰ ਠੀਕ ਹੈ ਇਹਨਾਂ ਮੈਕਰੋ ਪ੍ਰੋਸੈਸਰ ਠੀਕ ਹੈ ਮੈਕਰੋ ਪ੍ਰੋਸੈਸਰ ਕਿਹੜੀ ਜਨਰੇਸ਼ਨ ਵਿੱਚ ਆਏ 4th ਜਨਰੇਸ਼ਨ ਇਹ ਪੁੱਛਿਆ ਜਾ ਸਕਦਾ ਹੈ ਸੋ ਮੇਨ ਇਹਦੇ ਵਿੱਚ ਕੀ ਹੋਇਆ ਉਹ ਜ ਮੈਮਰੀ ਲਈ ਯੂਜ਼ ਕੀਤਾ ਗਿਆ ਸੈਮੀ ਕੰਡੈਕਟਰ ਠੀਕ ਹੈ RAM ROM ਠੀਕ ਹੈ ਸੈਮੀ ਕੰਡੈਕਟਰ ਮੈਮਰੀ ਆ ਗਈ ਇਸ ਦੇ ਵਿੱਚ RAM ROM ਯੂਜ਼ ਕੀਤਾ ਗਿਆ RAM ROM ਵੀ ਇੱਕ ਇੱਕ ਕਰਵਾਉਂਗਾ ਮੈਂ ਤੁਹਾਨੂੰ ਠੀਕ ਹੈ ਮੇਨ ਇਸ ਦੇ ਵਿੱਚ ਇਹ ਹੈ ਇਨਪੁਟ ਆਉਟਪੁਟ ਡਿਵਾਈਸ ਦੇ ਵਿੱਚ ਪੁਆਇੰਟਿੰਗ ਡਿਵਾਈਸ ਸਕੈਨਰ ਕੀਬੋਰਡ ਮੋਨੀਟਰ ਪ੍ਰਿੰਟਰ ਠੀਕ ਹੈ ਇਹ ਯੂਜ਼ ਕੀਤਾ ਗਿਆ ਐਗਜ਼ਾਮਪਲ ਇਸ ਦੀ ਦੇਖ ਲਓ ਨੈਕਸਟ ਆ ਗਿਆ ਆਪਣੇ ਕੋਲ 5th ਜਨਰੇਸ਼ਨ 5th ਜਨਰੇਸ਼ਨ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੋ ਗੱਲ ਬਣਦੀ ਆ ਉਹ ਹੈਗੀ ਹੈ AI ਆਰਟੀਫੀਸ਼ਲ ਇੰਟੈਲੀਜੈਂਸ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਆਰਟੀਫੀਸ਼ਲ ਇੰਟੈਲੀਜੈਂਸ ਕਿਹੜੀ ਜਨਰੇਸ਼ਨ ਦੇ ਵਿੱਚ ਆਈ ਠੀਕ ਹੈ ਉਹ ਆਈ ਹੈ 5th ਜਨਰੇਸ਼ਨ ਦੇ ਵਿੱਚ ਠੀਕ ਹੈ ਆਰਟੀਫੀਸ਼ਲ ਇੰਟੈਲੀਜੈਂਸ ਬਹੁਤ ਹੀ ਇੱਕ ਵਧੀਆ ਚੀਜ਼ ਵੀ ਹੈ ਤੇ ਬਹੁਤ ਜ਼ਿਆਦਾ ਖਤਰਨਾਕ ਚੀਜ਼ ਵੀ ਹੈ ਠੀਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਆਪਣੇ ਫੋਨ ਦੇ ਵਿੱਚ ਆਪਾਂ ਕੁਝ ਵੀ ਬੋਲ ਕੇ ਦੱਸਦੇ ਹਾਂ ਠੀਕ ਹੈ ਗੂਗਲ ਦੇ ਉੱਤੇ ਠੀਕ ਹੈ ਜਿਵੇਂ ਅਲੈਕਸਾ ਹੋਗੀ ਇਹ ਸਭ ਤੋਂ ਵੱਡੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਗਜ਼ਾਮਪਲ ਹੈ ਰੋਬੋਟ ਹੋਗੇ ਠੀਕ ਹੈ ਸੋ ਸਭ ਤੋਂ ਸਿੰਪਲ ਐਗਜ਼ਾਮਪਲ ਇਹੀ ਹੈ ਅਲੈਕਸਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਅਪਾ ਉਸ ਨੂੰ ਉਸ ਨੂੰ ਕੁਝ ਵੀ ਬੋਲ ਕੇ ਪੁੱਛਦੇ ਆ ਤਾਂ ਉਹ ਆਨਸਰ ਦਿੰਦੀ ਹੈ ਤਾਂ ਇਹ ਸਾਰਾ ਕੁਝ ਸੰਭਵ ਹੋਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ 5ਥ ਜਨਰੇਸ਼ਨ ਦੇ ਵਿੱਚ ਠੀਕ ਹੈ ਸੋ ਇਹਨਾਂ ਦਾ ਸਾਈਜ਼ ਜਿਹੜਾ ਉਹ ਪੋਰਟੇਬਲ ਹੋ ਗਿਆ ਸਮਾਲ ਸਾਈਜ਼ ਹੋ ਗਿਆ ਠੀਕ ਹੈ ਇਨਪੁਟ ਆਉਟਪੁਟ ਡਿਵਾਈਸ ਟਰੈਕ ਪੈਡ ਹੋ ਗਿਆ ਟੱਚ ਪੈਡ ਹੋ ਗਿਆ ਟੱਚ ਸਕਰੀਨ ਹੋ ਗਿਆ ਠੀਕ ਹੈ ਟੱਚ ਸਕਰੀਨ ਕੰਪਿਊਟਰ ਆ ਗਏ ਠੀਕ ਹੈ ਫੋਨ ਟੱਚ ਆ ਗਏ ਬਾਕੀ ਲਾਈਟ ਸਕੈਨਰ ਪ੍ਰਿੰਟਰ ਕੀਬੋਰਡ ਮੋਨੀਟਰ ਮਾ우스 ਇਹ ਇਨਪੁਟ ਆਉਟਪੁਟ ਡਿਵਾਈਸ ਹੋ ਗਿਆ ਇਸ ਜਨਰੇਸ਼ਨ ਵਿੱਚਾਂ ਜੋ ਇਹਦੀਆਂ ਐਗਜ਼ਾਮਪਲ ਆ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਐ ਲੈਪਟਾਪ ਹੋ ਗਏ ਟੈਬਲੇਟ ਸਮਾਰਟਫੋਨ ਠੀਕ ਐ ਇਹ ਹੋ ਗਏ ਸੋ ਨੈਕਸਟ ਆ ਆਪਣੇ ਕੋਲ CPU CPU ਕੀ ਹੁੰਦਾ ਐ ਸੈਂਟਰਲ ਪ੍ਰੋਸੈਸਿੰਗ ਯੂਨਟ ਇਸ ਦੀ ਫੁੱਲ ਫਾਰਮ ਯਾਦ ਰੱਖਣੀ ਤੁਸੀਂ ਠੀਕ ਐ ਇਸ ਦੇ ਵਿੱਚ ਹੋਰ ਕੀ ਆ ਜਾਂਦਾ ALU ਅਤੇ CU ALU ਦੀ ਫੁੱਲ ਫਾਰਮ ਹੈ ਅਰਥਮੈਟਿਕ ਲੌਜੀਕਲ ਯੂਨਟ CU ਦੀ ਫੁੱਲ ਫਾਰਮ ਹੈ ਕੰਟਰੋਲ ਯੂਨਟ ਠੀਕ ਹੈ ਸੋ ਇਸ ਨੂੰ ਕੰਪਿਊਟਰ ਦਾ CPU ਨੂੰ ਕੰਪਿਊਟਰ ਦਾ ਬ੍ਰੇਨ ਵੀ ਕਿਹਾ ਜਾਂਦਾ ਕੰਪਿਊਟਰ ਦਾ ਬ੍ਰੇਨ ਕਿਸ ਨੂੰ ਕਿਹਾ ਜਾਂਦਾ ਹੈ CPU ਨੂੰ ਠੀਕ ਹੈ ਜਿੰਨੇ ਵੀ ਅਰਥਮੈਟਿਕਲ ਐਂਡ ਲੌਜੀਕਲ ਆਪਰੇਸ਼ਨ ਹੁੰਨੇ ਆ ਉਹ ਹੁੰਨੇ ਆ ਅਰਥਮੈਟਿਕ ਲੌਜੀਕਲ ਯੂਨਿਟ ਦੇ ਵਿੱਚ ਠੀਕ ਹੈ ਸੋ ਇਹ ਹੈ ਇਹ ਸਾਰੇ ਜਿਹੜੇ ਇਨਪੁਟ ਆਊਟਪੁਟ ਡਿਵਾਈਸ ਹੈ CPU ਕੀ ਕਰਦਾ ਅ ਅਰਥਮੈਟਿਕ ਐਂਡ ਲੌਜੀਕਲ ਆਪਰੇਸ਼ਨ ਪਰਫਾਰਮ ਕਰਦਾ ਏ ਠੀਕ ਹੈ ਕੰਟਰੋਲ ਕਰਦਾ ਏ ਪੂਰੇ ਸਿਸਟਮ ਨੂੰ ਇਨਪੁਟ ਆਉਟਪੁਟ ਡਿਵਾਈਸ ਆਪਰੇਸ਼ਨ ਪਰਫਾਰਮ ਕਰਦਾ ਹੈ ਠੀਕ ਹੈ ਕੰਪਿਊਟਰ ਜੋ ਇਨਸਟਰਕਸ਼ਨ ਆਉਣੀ ਆ ਉਹਨਾਂ ਲਈ ਇਹ ਮਤਲਬ ਕਿ ਜ਼ਿੰਮੇਵਾਰ ਹੈ ਜੇ ਦੇਸੀ ਲੈਂਗੁਏਜ ਵਿੱਚ ਆਪਾਂ ਕਹੀਏ ਠੀਕ ਹੈ ਕਿਉਂਕਿ ਅਰਥਮੈਟਿਕਲ ਲੌਜੀਕਲ ਜੋ ਆਪਰੇਸ਼ਨ ਹੈ ਉਹ ਇਸ ਦੇ ਅੰਡਰ ਹੀ ਹੁੰਨੇ ਆ ਠੀਕ ਹੈ ਸੋ CPU ਦਾ ਮੇਨ ਗੱਲਾਂ ਕੀ ਆ ਰੱਖਣੀਆਂ ਤੁਸੀਂ ਯਾਦ ਬ੍ਰੇਨ ਆਫ ਕੰਪਿਊਟਰ CPU ਠੀਕ ਹੈ ਅਰਥਮੈਟਿਕਲ ਲੌਜੀਕਲ ਆਪਰੇਸ਼ਨ ਇਦੇ ਵਿੱਚ ਹੁੰਨੇ ਆ ALU ਠੀਕ ਹੈ ਅਰਥਮੈਟਿਕਲ ਲੌਜੀਕਲ ਯੂਨਟ ਕੰਟਰੋਲ ਯੂਨਟ ਆ ਗਿਆ CU ਦੀ ਫੁੱਲ ਫਾਰਮ ਅੱਗੇ ਆ ਗਈ ਮੈਮਰੀ ਠੀਕ ਹੈ ਮੈਮਰੀ ਕੀ ਹੈ ਜਿੱਥੇ ਡਾਟਾ ਸਟੋਰ ਹੁੰਦਾ ਹੈ ਇਨਫੋਰਮੇਸ਼ਨ ਆ ਜਿਹੜੀ ਉਹ ਸਟੋਰ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਆ ਮੈਮਰੀ ਠੀਕ ਹੈ ਸੋ ਮੈਮਰੀ ਦੇ ਵਿੱਚ ਸਭ ਤੋਂ ਜਿਹੜਾ ਇੱਕ ਜਿਆਦਾ ਕਵੈਸਚਨ ਆਉਂਦਾ ਕੈਸ਼ੀ ਮੈਮਰੀ ਨਾਲ ਰਿਲੇਟਡ ਠੀਕ ਹੈ ਇਹ ਸੈਮੀ ਕੰਡਕਟਰ ਮੈਮਰੀ ਹੈ ਕੈਸ਼ੀ ਮੈਮਰੀ ਹੈ ਜਿਹੜੀ ਇਹ ਬੈਰੀ ਹਾਈ ਸਪੀਡ ਹੁੰਦੀ ਹੈ ਬਹੁਤ ਜਿਆਦਾ ਤੇਜ਼ ਮੈਮਰੀ ਹੁੰਦੀ ਕੰਪਿਊਟਰ ਪੇਪਰ ਦੇ ਵਿੱਚ ਕਵੈਸਚਨ ਆਉਂਦਾ ਕਿ ਸਭ ਤੋਂ ਜਿਆਦਾ ਫਾਸਟ ਮੈਮਰੀ ਕਿਹੜੀ ਹੈ ਸਭ ਤੋਂ ਜਿਆਦਾ ਤੇਜ਼ ਮੈਮਰੀ ਕਿਹੜੀ ਹੈ ਤਾਂ ਉਹ ਹੈਗੀ ਹੈ ਕੈਸ਼ੀ ਮੈਮਰੀ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ RAM ਰੈਂਡਮ ਐਕਸੈਸ ਮੈਮਰੀ ਇਸ ਦੀ ਫੁੱਲ ਫਾਰਮ ਹੈ ਇਹ ਵੀ ਯਾਦ ਰੱਖਣੀ ਹੈ ਤੁਸੀਂ ਠੀਕ ਹੈ ਰੀਡ ਰਾਈਟ ਮੈਮਰੀ ਕਿਹੜੀ ਹੈ RAM ਠੀਕ ਹੈ ਇਸ ਨੂੰ ਰੀਡ ਐਂਡ ਰਾਈਟ ਮੈਮਰੀ ਵੀ ਕਿਹਾ ਜਾਂਦਾ ਪੀਪਲ ਵਿੱਚ ਇਹ ਵੀ ਘੋਸ਼ਣ ਬਣਦਾ ਰੀਡ ਐਂਡ ਰਾਈਟ ਮੈਮਰੀ ਕਿਹੜੀ ਹੈ ਤਾਂ RAM ਹੈ ਅਤੇ ਮੇਨ ਮੈਮਰੀ ਜਾਂ ਪ੍ਰਾਇਮਰੀ ਮੈਮਰੀ ਵੀ ਇਸ ਨੂੰ ਕਿਹਾ ਜਾਂਦਾ ਹੈ ਠੀਕ ਹੈ RAM ਹੈ ਜਿਹੜੀ ਇਹ ਮੇਨ ਮੈਮਰੀ ਹੈ ਅਤੇ ਪ੍ਰਾਇਮਰੀ ਮੈਮਰੀ ਅਤੇ ਇਹ ਵੋਲਾਟਾਈਲ ਮੈਮਰੀ ਹੈ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਕੰਪਿਊਟਰ ਜਾਂ ਲੈਪਟਾਪ ਬੰਦ ਕਰਤਾ ਤਾਂ ਜੋ ਵੀ ਡਾਟਾ ਹੋਊਗਾ ਉਹ ਉਹ ਵੀ ਉਸ ਦੇ ਨਾਲ ਲੋਸਟ ਹੋ ਜਾਊਗਾ ਠੀਕ ਹੈ ਸੋ ਇਹ ਵੋਲੇਟਾਈਲ ਮੈਮਰੀ ਹੈ ਰੈਮ ਦੋ ਤਿੰਨ ਕੁਐਸਚਨ ਜਿਹੜੇ ਇੰਪੋਰਟੈਂਟ ਬਣਦੇ ਆ ਇੱਕ ਤਾਂ ਇਸ ਦੀ ਫੁੱਲ ਫਾਰਮ ਹੋਗੀ ਦੂਜਾ ਹੈ ਰੀਡ ਰਾਈਟ ਮੈਮਰੀ ਹੈ ਅਤੇ ਇਹ ਮੇਨ ਮੈਮਰੀ ਹੈ ਠੀਕ ਹੈ ਰੈਮ ਹੈ ਜਿਹੜੀ ਤੇ ਵੋਲੇਟਾਈਲ ਮੈਮਰੀ ਹੈ ਇਹ ਠੀਕ ਹੈ ਜਦੋਂ ਇਸ ਨੂੰ ਪਾਵਰ ਮਿਲਣੀ ਬੰਦ ਹੋ ਗਈ ਤਾਂ ਇਹ ਜੋ ਵੀ ਇਨਫੋਰਮੇਸ਼ਨ ਹੋਏਗੀ ਇਸ ਦੇ ਵਿੱਚ ਉਹ ਲੋਸਟ ਹੋ ਜੂਗੀ ਠੀਕ ਹੈ ਸੋ ਜਿਹੜੀ ਰੈਮ ਹੈ ਇਹ ਟੈਂਪਰੇਰੀ ਸਟੋਰੇਜ ਹੈ ਠੀਕ ਹੈ ਮੰਨ ਲਓ ਤੁਸੀਂ ਕੋਈ ਵੀਡੀਓ ਸੇਵ ਕਰਨੀ ਹੈ ਠੀਕ ਹੈ ਜਾਂ ਤੁਸੀਂ ਮੰਨ ਲਓ ਕੁਝ ਕੋਈ ਕੰਮ ਕਰ ਰਹੇ ਹੋ ਨੋਟਪੈਡ ਦੇ ਉੱਤੇ ਕੁਝ ਟਾਈਪਿੰਗ ਕਰ ਰਹੇ ਹੋ ਠੀਕ ਹੈ ਉਸ ਨੂੰ ਤੁਸੀਂ ਸੇਵ ਨਹੀਂ ਕੀਤਾ ਤਾਂ ਉਹ ਸਭ ਤੋਂ ਪਹਿਲਾਂ ਉਹ ਕਿੱਥੇ ਸੇਵ ਹੁੰਦਾ ਉਹ ਉਹ ਹੁੰਦਾ ਰੈਮ ਦੇ ਵਿੱਚ ਠੀਕ ਹੈ ਰੈਮ ਦੇ ਵਿੱਚ ਉਹ ਸਟੋਰ ਹੋਈ ਜਾਂਦਾ ਹੈ ਪਰ ਮੰਨ ਲਓ ਤੁਸੀਂ ਉਸ ਨੂੰ ਸੇਵ ਨਹੀਂ ਕੀਤਾ ਤੇ ਲਾਈਟ ਚਲੇ ਗਈ ਜਾਂ ਤੁਸੀਂ ਕੰਪਿਊਟਰ ਐਵੇਂ ਹੀ ਬੰਦ ਕਰ ਦਿੱਤਾ ਤਾਂ ਤੁਹਾਡਾ ਉਹ ਸਾਰਾ ਜੋ ਵੀ ਤੁਸੀਂ ਟਾਈਪ ਕੀਤਾ ਉਹ ਲੌਸਟ ਹੋ ਜਾਣਾ ਠੀਕ ਹੈ ਜੇ ਤੁਸੀਂ ਉਸ ਨੂੰ ਸੇਵ ਨਹੀਂ ਕੀਤਾ ਸੋ ਰੈਮ ਦੀ ਅੱਗੇ ਦੋ ਟਾਈਪ ਹੁੰਦੀਆਂ ਐਸ ਰੈਮ ਸਟੈਟਿਕ ਰੈਂਡਮ ਅਸੈਸ ਮੈਮਰੀ ਡੀ ਰੈਮ ਡਾਇਨਾਮਿਕ ਰੈਂਡਮ ਅਸੈਸ ਮੈਮਰੀ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਰੋਮ ਰੋਮ ਹੈ ਜਿਹੜੀ ਇਹ ਨੋਨ ਵੋਲਾਟਾਈਲ ਮੈਮਰੀ ਹੈ ਰੀਡ ਓਨਲੀ ਮੈਮਰੀ ਹੈ ਇਹ ਠੀਕ ਹੈ ਇਹ ਇਸ ਨੂੰ ਆਪਾਂ ਸਿਰਫ ਰੀਡ ਕਰ ਸਕਦੇ ਆ ਰਾਈਟ ਨਹੀਂ ਕਰ ਸਕਦੇ ਠੀਕ ਹੈ ਤੇ ਇਹ ਪਰਮਾਨੈਂਟਲੀ ਸਟੋਰੇਜ ਹੈ ਕੁਝ ਵੀ ਆਪਾਂ ਸੇਵ ਕਰਦੇ ਆ ਤਾਂ ਉਹ ਰੋਮ ਦੇ ਵਿੱਚ ਸੇਵ ਹੁੰਦਾ ਹੈ ਠੀਕ ਹੈ ਪਰਮਾਨੈਂਟਲੀ ਸਟੋਰੇਜ ਹੈ ਇਹ ਠੀਕ ਹੈ ਇਸ ਦੀਆਂ ਐਗਜ਼ਾਮਪਲ ਆ ਗਈਆਂ ਪੀ ਰੋਮ ਪ੍ਰੋਗਰਾਮੇਬਲ 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 ਰੀਡ ਓਨਲੀ ਮੈਮਰੀ ਠੀਕ ਹੈ ਸੋ ਇਸ ਦੇ ਵਿੱਚ ਡਾਟਾ ਤੇ ਇਨਸਟਰਕਸ਼ਨ ਚੇਂਜ ਨਹੀਂ ਹੁੰਦਾ ਜਿਹੜੀ ਪੀ ਰੋਮ ਹੈ ਠੀਕ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਇਸਦੀ ਮੇਨ ਤੁਸੀਂ ਇਹ ਗੱਲ ਜ਼ਿਆਦਾ ਰੱਖਣੀ ਹੈ ਕਿ ਜੋ ਇਸ ਦੇ ਵਿੱਚ ਡਾਟਾ ਐਂਡ ਇਨਸਟਰਕਸ਼ਨ ਹੋਣੀਆਂ ਉਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਠੀਕ ਹੈ ਨੈਕਸਟ ਆ ਗਈ ਈਪੀ ਰੋਮ ਇਰੀਜ਼ੇਬਲ ਪ੍ਰੋਗਰਾਮੇਬਲ ਰੀਡ-ਓਨਲੀ ਮੈਮਰੀ ਠੀਕ ਹੈ ਸੋ ਇਸ ਨੂੰ ਪ੍ਰੋਗਰਾਮ ਕੀਤਾ ਜਾਂਦਾ ਹੈ ਡਾਟਾ ਨੂੰ ਅਰੇਜ਼ ਕਰਨ ਦੇ ਲਈ ਐਕਸਪੋਜ਼ ਕਰਨ ਦੇ ਲਈ ਠੀਕ ਹੈ ਸੋ ਇਸ ਦੇ ਵਿੱਚ ਡਾਟੇ ਨੂੰ ਰੇਜ਼ ਕਰ ਸਕਦੇ ਆ ਈਪੀ ਡਬਲ ਈ ਪੀ ਰੋਮ ਠੀਕ ਹੈ ਇਲੈਕਟ੍ਰਿਸਿਟੀ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਇਸ ਦੀ ਫੁੱਲ ਫਾਰਮ ਇਹ ਹੈ ਠੀਕ ਹੈ ਸੋ ਇਸ ਦੇ ਵਿੱਚ ਕੀ ਹੁੰਦਾ ਇਸ ਦੇ ਵਿੱਚ ਹੁੰਦਾ ਡਾਟਾ ਕੈਨ ਬੀ ਰੇਜ਼ਡ ਬਾਏ ਅਪਲਾਈਂਗ ਐਂਡ ਇਲੈਕਟ੍ਰੀ ਇਲੈਕਟ੍ਰਿਕ ਫੀਲਡ ਠੀਕ ਹੈ ਸੋ ਇਸ ਦੇ ਵਿੱਚ ਅਲਟਰਾਵਾਇਲਟ ਲਾਈਟ ਦੀ ਜ਼ਰੂਰਤ ਨਹੀਂ ਪੈਂਦੀ ਜੋ ਈਪੀ ਰੋਮ ਹੈ ਉਸ ਦੇ ਵਿੱਚ আল্ট্রਾਵਾਇਲਟ ਵੈਲਟ ਲਾਈਟ ਦੀ ਜਰੂਰਤ ਪੈਂਦੀ ਹੈ ਰੀਜ਼ ਕਰਨ ਲਈ ਡਾਟੇ ਨੂੰ ਠੀਕ ਹੈ ਅੱਗੇ ਆ ਗਈ ਐਮ ਰੋਮ ਠੀਕ ਹੈ ਜਿਹੜੀ ਐਮ ਰੋਮ ਹੈ ਇਹ ਰੀਡ ਓਨਲੀ ਮੈਮਰੀ ਹੈ ਦਿਸ ਇਜ਼ ਮਾਸਕਡ ਆਫ ਐਟ ਦਾ ਟਾਈਮ ਆਫ ਪ੍ਰੋਡਕਸ਼ਨ ਲਾਈਕ ਅਦਰ ਟਾਈਪ ਆਫ ਰੋਮ ਮਾਸਕ ਰੋਮ ਕੈਨ ਨੋਟ ਇਨੇਬਲ ਦਾ ਯੂਜ਼ਰ ਟੂ ਚੇਂਜ ਦਾ ਡਾਟਾ ਸਟੋਰਡ ਇਨ ਇਟ ਸੋ ਇਸ ਦੇ ਵਿੱਚ ਡਾਟੇ ਨੂੰ ਚੇਂਜ ਨਹੀਂ ਕਰ ਸਕਦੇ ਜੋ ਸਟੋਰ ਹੁੰਦਾ ਹੈ ਠੀਕ ਹੈ ਦਾ ਪ੍ਰੋਸੈਸ ਬੁਡ ਵੀ ਡਿਫਿਕਲਟ ਔਰ ਸਲੋ ਜੇ ਟਰਾਈ ਕਰਦੇ ਆ ਤਾਂ ਪ੍ਰੋਸੈਸ ਹੈ ਜਿਹੜਾ ਉਹ ਸਲੋ ਅਤੇ ਡਿਫਿਕਲਟ ਹੋ ਜਾਂਦਾ ਠੀਕ ਹੈ ਬਸ ਤੁਸੀਂ ਇਹਦੀਆਂ ਫੁੱਲ ਫਾਰਮ ਯਾਦ ਰੱਖ ਲਓ ਇਹੀ ਬਹੁਤ ਹੈ ਜਿਆਦਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਠੀਕ ਹੈ ਇੱਕ ਵਾਰੀ ਫੁੱਲ ਫਾਰਮ ਤੁਹਾਨੂੰ ਦਿਖਾ ਦਿੰਨਾ ਪੀ ਰੋਮ ਦੀ ਫੁੱਲ ਫਾਰਮ ਕੀ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਈਪੀ ਰੋਮ ਦੀ ਫੁੱਲ ਫਾਰਮ ਕੀ ਹੈ ਇਰੇਜ਼ੀਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਡਬਲ ਈਪੀ ਰੋਮ ਦੀ ਮੈਂ ਪੀ ਰੋਮ ਦੀ ਫੁੱਲ ਫਾਰਮ ਕੀ ਹੈ ਇਲੈਕਟ੍ਰਿਕਲੀ ਇਰੇਜ਼ੀਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਐਮ ਰੋਮ ਦੀ ਮਾਸਕ ਰੋਮ ਠੀਕ ਹੈ ਅੱਗੇ ਆ ਗਏ ਆ ਆਪਣੇ ਕੋਲ ਇਨਪੁਟ ਡਿਵਾਈਸਸ ਠੀਕ ਹੈ ਸਭ ਤੋਂ ਪਹਿਲੀ ਆ ਗਈ ਇਨਪੁਟਡ ਡਵਾਈਸ ਇਨਪੁਟਡ ਡਵਾਈਸ ਇਨਪੁਟ ਦਾ ਮਤਲਬ ਕੀ ਹੁੰਦਾ ਐਂਟਰ ਕਰਨਾ ਜਾਂ ਫਿਰ ਦੇਣਾ ਜੀ ਦੇਸੀ ਲੈਂਗੁਏਜ ਵਿੱਚ ਕਹੀਏ ਤਾਂ ਜਿਹੜਾ ਸਭ ਤੋਂ ਪਹਿਲਾ ਇਨਪੁਟ ਡਵਾਈਸ ਆ ਗਿਆ ਆਪਣੇ ਕੋਲ ਹੈ ਕੀਬੋਰਡ ਠੀਕ ਹੈ ਇਸ ਦੇ ਵਿੱਚ ਕੀਜ਼ ਹੁੰਦੀਆਂ ਐ ਜਿਨ੍ਹਾਂ ਨਾਲ ਆਪਾਂ ਕੁਝ ਵੀ ਐਂਟਰ ਕਰਦੇ ਹਾਂ ਕੰਪਿਊਟਰ ਦੇ ਵਿੱਚ ਠੀਕ ਹੈ ਜਨਰਲ ਇੱਕ ਜਿਹੜਾ ਕੀਬੋਰਡ ਹੈ ਉਹ ਦੋ ਸਾਈਜ਼ ਦੇ ਵਿੱਚ ਆਉਂਦਾ ਜਾਂ ਤਾਂ ਉਸ ਦੇ ਵਿੱਚ 84 ਕੀਜ਼ ਹੁੰਦੀਆਂ ਜਾਂ ਫਿਰ 101 ਜਾਂ 102 ਕੀ ਹੁੰਦੀਆਂ ਠੀਕ ਹੈ ਜਿਹੜੇ ਪਰ ਹੁਣ ਯੂਜ਼ ਹੋ ਰਹੇ ਆ ਕੀਬੋਰਡ ਉਹਨਾਂ ਦੇ ਵਿੱਚ 104 ਜਾਂ 108 ਕੀਜ਼ ਆ ਰਹੀਆਂ ਠੀਕ ਹੈ ਜਿੰਨਾਂ ਦੇ ਵਿੱਚ ਇੱਕ ਵਿੰਡੋ ਦਾ ਸਾਈਨ ਹੁੰਦਾ ਤੇ ਇੰਟਰਨੈਟ ਵਗੈਰਾ ਦਾ ਟਾਈਪ ਆਫ ਕੀਜ਼ ਬਰੀ ਇੰਪੋਰਟੈਂਟ ਹੈ ਨੰਮੈਰਿਕ ਕੀ ਹੋਗੀਆਂ ਨੰਮੈਰਿਕ ਕੀ ਅ ਜਿਹੜੀਆਂ ਹੁੰਦੀਆਂ ਇਹ ਨੰਮੈਰਿਕ ਡਾਟਾ ਐਂਟਰ ਕਰਨ ਲਈ ਯੂਜ਼ ਹੁੰਦੀਆਂ ਠੀਕ ਹੈ ਤੋ ਨੰਮੈਰੀਕੀ ਕਿੰਨੀਆਂ ਹੁੰਨੀਆਂ ਸੈੱਟ ਆਫ 17 ਕੀਜ਼ 17 ਨੰਮੈਰੀਕੀ ਹੁੰਨੀਆਂ ਐ ਉਸ ਤੋਂ ਬਾਅਦ ਆ ਗਿਆ ਲੈਟਰ ਕੀਜ਼ A ਤੋਂ Z ਤੱਕ ਜਿੰਨੇ ਵੀ ਲੈਟਰ ਐ ਸਾਰੇ ਹੁੰਨੇ ਆ ਕੀਬੋਰਡ ਦੇ ਉੱਤੇ ਜੇ ਤੁਹਾਡੇ ਕੋਲ ਕੋਈ ਕੰਪਿਊਟਰ ਤੁਹਾਡੇ ਆਸ-ਪਾਸ ਹੈ ਜਾਂ ਤੁਹਾਡੇ ਘਰ ਦੇ ਵਿੱਚ ਲੈਪਟਾਪ ਵਗੈਰਾ ਤਾਂ ਉਸ ਦੇ ਉੱਤੇ ਇਸ ਨੂੰ ਦੇਖ ਲਿਓ ਠੀਕ ਐ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਨੂੰ ਕਹਿੰਦੇ ਆ ਲੈਟਰ ਕੀਜ਼ ਜਿਹੜੀਆਂ ਇਹ ਹੁੰਨੀਆਂ ਨੈਕਸਟ ਆ ਗਿਆ ਆਪਣੇ ਕੋਲ ਕੰਟਰੋਲ ਕੀ ਕੰਟਰੋਲ ਕੀ ਹੈ ਜਿਹੜੀਆਂ ਇਹ ਜਿਵੇਂ ਹੋ ਗਈਆਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਆ ਗਿਆ ਐਰੋਜ਼ ਕੀ ਹੋ ਗਈਆਂ ਜਿਹੜੇ ਐਰੋ ਹੁੰਦੇ ਆ ਕੀਬੋਰਡ ਦੇ ਉੱਤੇ ਠੀਕ ਹੈ ਹੋਮ ਐਂਡ ਇਨਸਰਟ ਠੀਕ ਹੈ ਆਲਟ ਹੋ ਗਿਆ ਡਿਲੀਟ ਹੋ ਗਿਆ ਕੰਟਰੋਲ ਹੋ ਗਿਆ ਅਲਟਰ ਹੋ ਗਿਆ ਠੀਕ ਹੈ ਇਹ ਸਾਰੀਆਂ ਕੰਟਰੋਲ ਕੀ ਆ ਜਾਂਦੀਆਂ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਪੈਸ਼ਲ ਕੀ ਦੇ ਵਿੱਚ ਕੀ ਕੀ ਆ ਜਾਂਦਾ ਸਪੈਸ਼ਲ ਕੀ ਦੇ ਵਿੱਚ ਐਂਟਰ ਸ਼ਿਫਟ ਕੈਪਸ ਲੌਕ ਠੀਕ ਹੈ ਟੈਬ ਪ੍ਰਿੰਟ ਸਕਰੀਨ ਇਹ ਸਾਰੀਆਂ ਸਪੈਸ਼ਲ ਕੀ ਆ ਜਾਂਦੇ ਆ ਅੱਗੇ ਆ ਗਿਆ ਵੈਰੀ ਇੰਪੋਰਟੈਂਟ ਫੰਕਸ਼ਨ ਕੀ ਫੰਕਸ਼ਨ ਕੀਆਂ ਜਿਹੜੀਆਂ ਇਹ 12 ਹੁੰਦੀਆਂ 1 ਤੋਂ ਲੈ ਕੇ F1 ਤੋਂ ਲੈ ਕੇ F12 ਤੱਕ ਠੀਕ ਹੈ ਇੱਕ ਆਪਸ਼ਨ ਆ ਸਕਦਾ ਕਿ ਕਿੰਨੀਆਂ ਫੰਕਸ਼ਨ ਕੀ ਹੁੰਦੀਆਂ ਕੀਬੋਰਡ ਦੇ ਵਿੱਚ ਤਾਂ F1 ਤੋਂ F12 ਤੱਕ ਟੋਟਲ 12 ਫੰਕਸ਼ਨ ਕੀ ਹੁੰਦੀਆਂ ਸਪੈਸ਼ਲ ਕੀ ਦੇ ਵਿੱਚ ਕਿਹੜੀਆਂ-ਕਿਹੜੀਆਂ ਜਾਨੀ ਇੱਕ ਵਾਰ ਫੇਰ ਪੜ੍ਹ ਲਓ ਐਂਟਰ ਸ਼ਿਫਟ ਵਗੈਰਾ ਇਹ ਸਾਰੀਆਂ ਸਪੈਸ਼ਲ ਕੀ ਹੁੰਦੀਆਂ ਨੈਕਸਟ ਆ ਗਿਆ ਮਾਊਸ ਠੀਕ ਹੈ ਮਾਊਸ ਇੱਕ ਕਾਮਨ ਪੁਆਇੰਟਿੰਗ ਡਿਵਾਈਸ ਹੈ ਜੋ ਆਪਾਂ ਕੰਪਿਊਟਰ ਦੇ ਉੱਤੇ ਜਿਵੇਂ-ਜਿਵੇਂ ਆਪਾਂ ਮਾਊਸ ਨੂੰ ਮੂਵ ਕਰਦੇ ਹਾਂ ਤਾਂ ਉਹ ਜਿਹੜਾ ਕਰਸਰ ਹੈ ਉਹ ਸਕਰੀਨ ਦੇ ਉੱਤੇ ਮੂਵ ਹੁੰਦਾ ਹੈ ਮਾਊਸ ਦੀ ਜਿਹੜੀ ਜ਼ਰੂਰਤ ਹੈ ਉਹ ਕੁਝ ਵੀ ਆਪਾਂ ਕਲਿੱਕ ਕਰਨ ਲਈ ਜਾਂ ਸਿਲੈਕਟ ਕਰਨ ਲਈ ਕਰਦੇ ਆਂ ਠੀਕ ਹੈ ਸੋ ਇਹ ਇਨਪੁਟਡ ਵਾਈਜ਼ ਹੈ ਮਾਊਸ ਹੈ ਜਿਹੜਾ ਸੋ ਜਿਹੜਿਆ ਮਾਊਸ ਹੈ ਉਸdੀਆਂ ਦੋ ਬਟਨ ਹੁੰਨੇ ਉਸਦੇ ਰਾਈਟ ਤੇ ਲੈਫਟ ਠੀਕ ਹੈ ਜਿਹੜਾ ਲੈਫਟ ਮਾਊਸ ਬਟਨ ਹੈ ਉਹ ਯੂਜ਼ ਕਰਨ ਲਈ ਹੁੰਦਾ ਸਿਲੈਕਟ ਤੇ ਆਈਟਮਾਂ ਨੂੰ ਮੂਵ ਕਰਨ ਲਈ ਯੂਜ਼ ਹੁੰਦਾ ਹੈ ਠੀਕ ਹੈ ਲੈਫਟ ਮਾ우스 ਬਟਨ ਜੋ ਵੀ ਇਹ ਆਈਟਮਸ ਹੁੰਦੀਆਂ ਉਸ ਨੂੰ ਸਿਲੇਕਟ ਕਰਨ ਲਈ ਜਾਂ ਮੂਵ ਕਰਨ ਲਈ ਹੁੰਦਾ ਹੈ ਜਿਹੜਾ ਰਾਈਟ ਮਾ우스 ਬਟਨ ਹੁੰਦਾ ਉਹ ਹੁੰਦਾ ਅ ਕਲਿੱਕ ਕਰਨ ਲਈ ਕੁਝ ਵੀ ਆਪਾਂ ਨੇ ਖੋਲਣਾ ਹੈ ਕੋਈ ਫੋਲਡਰ ਓਪਨ ਕਰਨਾ ਤਾਂ ਉਸ ਦੇ ਲਈ ਆਪਾਂ ਰਾਈਟ ਕਲਿੱਕ ਕਰਾਂਗੇ ਜੇ ਆਪਾਂ ਨੇ ਕੁਝ ਵੀ ਸਿਲੇਕਟ ਕਰਨਾ ਤਾਂ ਉਸ ਦੇ ਲਈ ਲੈਫਟ ਮਾ우스 ਬਟਨ ਕਲਿੱਕ ਕਰਾਂਗੇ ਠੀਕ ਹੈ ਸੋ ਜਿਹੜਾ ਇੱਕ ਗੋਲ ਜਿਹਾ ਹੁੰਦਾ ਮਾ우스 ਦੇ ਗੱਬੇ ਹੁੰਦਾ ਹੈ ਬਟਨ ਉਸ ਨੂੰ ਆਪਾਂ ਸਕਰੋਲ ਕਰਨ ਲਈ ਆਪਾਂ ਯੂਜ਼ ਕਰਦੇ ਆ ਜਿਵੇਂ ਕੋਈ ਵੀ ਆਪਾਂ ਨੇ ਡਾਕੂਮੈਂਟ ਓਪਨ ਕੀਤਾ ਹੋਇਆ ਤਾਂ ਉਹ ਕਾਫੀ ਵੱਡਾ ਨੀਚੇ ਤੱਕ ਤਾਂ ਉਸ ਦੀ ਹੈਲਪ ਨਾਲ ਆਪਾਂ ਉਸ ਨੂੰ ਸਕਰੋਲ ਕਰ ਸਕਦੇ ਆ ਮਤਲਬ ਨੀਚੇ ਤੱਕ ਜਾ ਸਕਦੇ ਆ ਠੀਕ ਹੈ ਅੱਗੇ ਆ ਗਿਆ ਜੁਆਇਸਟਿਕ ਜੁਆਇਸਟਿਕ ਇੱਕ ਜਿਹੜੀ ਇਹ ਪੁਆਇੰਟਿੰਗ ਡਿਵਾਈਸ ਹੈ ਇਹ ਕਰਸਰ ਨੂੰ ਮੂਵ ਕਰਨ ਲਈ ਯੂਜ਼ ਹੁੰਦੀ ਹੈ ਕੰਪਿਊਟਰ ਦੇ ਸਕਰੀਨ ਦੇ ਉੱਤੇ ਠੀਕ ਹੈ ਸੋ ਇਸ ਦੇ ਨਾਲ ਇੱਕ ਬਾਲ ਅਟੈਚ ਹੁੰਦੀ ਹੈ ਠੀਕ ਹੈ ਸਟਿਕ ਦੇ ਬੋਟਮ ਅਤੇ ਐਂਡ ਦੇ ਉੱਤੇ ਠੀਕ ਹੈ ਮੇਨ ਜਿਹੜੀ ਜੁਆਇਸਟਿਕ ਹੈ ਇਹ ਗੇਮਿੰਗ ਵਾਸਤੇ ਯੂਜ਼ ਹੁੰਦੀ ਹੈ ਠੀਕ ਹੈ ਸੋ ਚਾਰ ਡਾਇਰੈਕਸ਼ਨਾਂ ਦੇ ਵਿੱਚ ਹੈ ਜਿਹੜੀ ਇਹ ਮੂਵ ਹੋ ਸਕਦੀ ਹੈ ਜੁਆਇਸਟਿਕ ਆ ਜਿਹੜੀ ਠੀਕ ਹੈ ਸੋ ਮੇਨ ਇਹ ਹੁੰਦੀ ਹੈ ਗੇਮਿੰਗ ਲਈ ਅੱਗੇ ਆ ਗਿਆ ਲਾਈਟ ਪੈਨ ਇਹ ਵੀ ਇੱਕ ਤਰ੍ਹਾਂ ਦਾ ਪੁਆਇੰਟਿੰਗ ਡਿਵਾਈਸ ਹੈ ਠੀਕ ਹੈ ਪੈਨ ਦੀ ਤਰ੍ਹਾਂ ਇਹ ਹੁੰਦਾ ਹੈ ਇਹ ਸਿਲੈਕਟ ਮੈਨੂ ਸਿਲੈਕਟ ਕਰਨ ਲਈ ਠੀਕ ਹੈ ਕੁਝ ਵੀ ਸਿਲੈਕਟ ਕਰਨਾ ਔਰ ਡਰਾ ਔਰ ਮੋਨੀਟਰ ਸਕਰੀਨ ਠੀਕ ਹੈ ਸੋ ਜਿਹੜਾ ਲਾਈਟ ਪੈਨ ਹੈ ਇਹ ਜਿਵੇਂ ਇੱਕ ਤਰ੍ਹਾਂ ਦਾ ਮਾਊਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਇਹ ਕੰਪਿਊਟਰ ਦੇ ਉੱਤੇ ਤੁਸੀਂ ਕੁਝ ਵੀ ਓਪਨ ਕਰਨਾ ਉਸ ਦੇ ਲਈ ਇਹ ਯੂਜ਼ ਹੁੰਦਾ ਜਾਂ ਫਿਰ ਕੁਝ ਵੀ ਡਰਾ ਕਰਨਾ ਹੈ ਕੋਈ ਡਰਾਇੰਗ ਕਰਨੀ ਹੈ ਉਸ ਦੇ ਲਈ ਇਹ ਯੂਜ਼ ਹੁੰਦਾ ਹੈ ਠੀਕ ਹੈ पूरे मोनीटर स्क्रीन के उ मूव हो सकता है ठीक है सो मेन काम इसका है एक माउस की तरह ही है ठीक है अगे आ गया स्कैनर स्कैनर है यह भी एक इनपुट डिवाइस है कुछ भी स्कैन करने के लिए जी यूज है, ठीक है अगर आ गया ओ सी आर ओ सी आर द फुलफॉर्म ओप्टीकल करैक्टर रैकोनाइजेशन ठीक है OCR ਦੀ ਫੁੱਲ ਫਾਰਮ ਹੈ অপਟੀਕਲ ਕੈਰੈਕਟਰ ਰੈਕੋਗਨੀਸ਼ਨ ਸੋ ਇਟ ਇਟ ਇਜ਼ ਅ ਡਿਵਾਈਸ ਦੈਟ ਰੀਡਸ ਪ੍ਰਿੰਟਡ ਟੈਕਸ ਜਿਹੜੀ ਇਹ OCR ਆ ਇਹ ਪ੍ਰਿੰਟਡ ਟੈਕਸ ਨੂੰ ਰੀਡ ਕਰ ਰੀਡ ਕਰਦਾ ਏ ਠੀਕ ਹੈ ਇਹ ਟੈਕਸ ਨੂੰ ਸਕੈਨ ਕਰਦਾ ਕੈਰੈਕਟਰ ਬਾਈ ਕੈਰੈਕਟਰ ਇਹ ਸਕੈਨ ਕਰਦਾ ਏ ਠੀਕ ਹੈ ਟੈਕਸ ਨੂੰ ਠੀਕ ਹੈ ਅੱਗੇ ਆ ਗਿਆ 바ਰ ਕੋਡ ਰੀਡਰ ਠੀਕ ਹੈ 바ਰ ਕੋਡ ਕੀ ਹੁੰਦਾ ਹੈ ਤੁਸੀਂ ਕੋਈ ਵੀ ਪ੍ਰੋਡਕਟ ਆਪਣਾ ਚੱਕ ਲੋ ਜਿਵੇਂ ਮੈਗੀ ਦਾ ਸਾਰਿਆਂ ਨੇ ਖਾਈ ਹੋਣੀ ਤੁਸੀਂ ਠੀਕ ਹੈ ਤਾਂ ਉਸ ਦੇ ਉੱਤੇ ਐਵੇਂ ਲਾਈਨਾਂ ਜੀਆਂ ਬਣੀਆਂ ਹੁੰਦੀਆਂ ਠੀਕ ਹੈ ਕੁਝ ਵੀ ਚੱਕ ਲੋ ਤੁਸੀਂ ਕੋਈ ਬਿਸਕਟ ਦਾ ਪੈਕੇਟ ਚੱਕ ਲੋ ਕੋਈ ਤੁਸੀਂ ਕੱਪੜੇ ਲਏ ਆ ਉਹ ਚੱਕ ਲੋ ਉਹਨਾਂ ਦੇ ਜਿਹੜਾ ਟੈਗ ਹੁੰਦਾ ਉਹਨਾਂ ਦੇ ਉੱਤੇ ਐਵੇਂ ਲਾਈਨਾਂ ਜੀਆਂ ਬਣੀਆਂ ਹੁੰਦੀਆਂ ਉਹ ਹੁੰਦਾ ਹੀ 바ਰ ਕੋਡ ਠੀਕ ਹੈ ਤੁਸੀਂ ਕਿਤੋਂ ਕਈ ਵਾਰ ਦੇਖਿਆ ਹੋਣਾ ਤੁਸੀਂ ਕਿਤੋਂ ਸ਼ੋਪਿੰਗ ਕੀਤੀ ਆ ਜਾਂ ਕੋਈ ਸਮਾਨ ਲਿਆ ਘਰ ਦਾ ਤਾਂ ਉਹ ਇੱਕ ਉਹਨਾਂ ਕੋਲ ਮਸ਼ੀਨ ਜੀ ਹੁੰਦੀ ਆ ਹੱਥ ਦੇ ਵਿੱਚ ਉਸ ਦੇ ਨਾਲ ਉਹ ਆਹ ਲਾਈਨਾਂ ਦੇ ਉੱਤੇ ਕਲਿੱਕ ਕਰਦੇ ਆ ਠੀਕ ਹੈ ਸੋ ਇਹ ਹੁੰਦਾ ਹੈ 바ਰ ਕੋਡ ਰੀਡਰ ਠੀਕ ਹੈ ਉਹ ਹੁੰਦਾ 바ਰ ਕੋਡ ਰੀਡਰ ਠੀਕ ਹੈ ਸੋ ਜਿਹੜੀਆਂ ਇਹ ਲਾਈਨਾਂ ਜੀਆਂ ਇਹਨਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਸਟੋਰ ਹੁੰਦੀ ਆ ਉਸ ਪ੍ਰੋਡਕਟ ਨਾਲ ਰਿਲੇਟਡ ਤੇ ਜਿਹੜਾ ਉਹ 바ਰ ਕੋਡ ਰੀਡਰ ਹੈ ਉਹ ਇਨਫੋਰਮੇਸ਼ਨ ਨੂੰ ਜਦੋਂ ਲਾਈਟ ਪੈਂਦੀ ਹੈ ਤਾਂ ਉਹ ਕੰਪਿਊਟਰ ਨੂੰ ਦੱਸ ਦਿੰਦਾ ਹੈ ਕਿ ਕੀ ਇਨਫੋਰਮੇਸ਼ਨ ਇਸ ਦੇ ਵਿੱਚ ਸਟੋਰ ਹੈ ਮਤਲਬ ਇਹਨਾਂ ਦੇ ਵਿੱਚ ਮੰਨ ਲਓ ਕੋਈ ਤੁਸੀਂ ਕੋਈ ਸ਼ਰਟ ਖਰੀਦੀ ਤੁਸੀਂ ਠੀਕ ਹੈ ਉਸ ਦੇ ਉਸ ਦੇ ਉੱਤੇ ਟੈਗ ਲੱਗਿਆ ਹੋਇਆ ਤੇ 바ਰ ਕੋਡ ਹੈ ਤਾਂ ਉਸ ਦੇ ਵਿੱਚ ਉਹ ਸ਼ਰਟ ਦੀ ਡਿਟੇਲ ਆ ਜਾਈਏ ਕਿੰਨਾ ਹੈ ਦਾ ਪ੍ਰਾਈਸ ਵਗੈਰਾ ਠੀਕ ਹੈ ਉਹ ਸਾਰੀ ਕੰਪਿਊਟਰ ਦੇ ਵਿੱਚ ਚਲੀ ਜਾਏਗੀ ਠੀਕ ਹੈ ਸੋ ਹਰੇਕ ਪ੍ਰੋਡਕਟ ਦੇ ਉੱਤੇ ਬਾਰ ਕੋਡ ਹੁੰਦਾ ਹੈ ਨੈਕਸਟ ਆ ਗਿਆ ਵੈਬ ਕੈਮਰਾ ਠੀਕ ਹੈ ਜਿਹੜਾ ਵੈਬ ਕੈਮ ਹੈ ਇਹ ਹੁੰਦਾ ਮੇਨਲੀ ਯੂਜ਼ ਆ ਵੀਡੀਓ ਮੇਜ ਰਿਕਾਰਡ ਕਰਨ ਲਈ ਮਤਲਬ ਕਿ ਆਪਣੀ ਵੀਡੀਓ ਰਿਕਾਰਡ ਕਰਨ ਲਈ ਜਾਂ ਫਿਰ ਤੁਸੀਂ ਵੀਡੀਓ ਕਾਲ ਵਗੈਰਾ ਜਾਂ ਕਰਨੀ ਆ ਜਾਂ ਵੀਡੀਓ ਕਾਨਫਰੈਂਸਿੰਗ ਕਰਨੀ ਹੈ ਉਸ ਦੇ ਲਈ ਇਹ ਯੂਜ਼ ਹੁੰਦਾ ਹੈ ਵੈਬ ਕੈਮ ਠੀਕ ਹੈ ਸੋ ਇਹ ਇਨਪੁਟ ਡਿਵਾਈਸ ਆ ਨੈਕਸਟ ਆ ਗਈ ਆਪਣੇ ਕੋਲ ਆਉਟਪੁੱਟ ਡਿਵਾਈਸ ਸਭ ਤੋਂ ਪਹਿਲੀ ਆਉਟਪੁੱਟ ਡਿਵਾਈਸ ਹੈ ਮਨੀਟਰ ਠੀਕ ਹੈ ਇਸ ਨੂੰ ਵਿਜ਼ੂਅਲ ਡਿਸਪਲੇ ਯੂਨਿਟ ਵੀ ਕਿਹਾ ਜਾਂਦਾ ਵੀ ਵੀ ਡੀ ਯੂ ਐਸ ਜਿਹੜਾ ਮਨੀਟਰ ਹੈ ਇਸ ਨੂੰ ਵਿਜ਼ੂਅਲ ਡਿਸਪਲੇ ਯੂਨਿਟ ਕਿਹਾ ਜਾਂਦਾ ਇਹ ਵੀ ਕੁਐਸਚਨ ਆ ਸਕਦਾ ਹੈ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਪ੍ਰਿੰਟਰ ਪ੍ਰਿੰਟਰ ਹੈ ਜਿਹੜਾ ਇਹ ਆਉਟਪੁੱਟ ਡਿਵਾਈਸ ਹੈ ਠੀਕ ਹੈ ਪ੍ਰਿੰਟਰ ਹੈ ਆਉਟਪੁੱਟ ਡਿਵਾਈਸ ਤੇ ਪ੍ਰਿੰਟ ਪ੍ਰਿੰਟਰ ਕੀ ਕਰਦਾ ਇਨਫੋਰਮੇਸ਼ਨ ਪ੍ਰਿੰਟ ਕਰਦਾ ਪੇਪਰ ਦੇ ਉੱਤੇ ਠੀਕ ਹੈ ਨੈਕਸਟ ਜਿਹੜੀਆਂ ਮੇਨ ਆਉਟਪੁੱਟ ਡਿਵਾਈਸਾਂ ਹੋਰ ਕਿਹੜੀਆਂ-ਕਿਹੜੀਆਂ ਸਪੀਕਰ ਹੋਗੇ ਹੈੱਡਫੋਨ ਹੋਗੇ ਪ੍ਰੋਜੈਕਟਰ ਹੋਗੇ ਜੀਪੀਐਸ ਡਿਵਾਈਸ ਹੋਗੀਆਂ ਆਪਟੀਕਲ ਮਾਰਕ ਰੀਡਰ ਹੋਗੇ ਇਹ ਸਾਰੀਆਂ ਆਉਟਪੁੱਟ ਡਿਵਾਈਸ ਐ ਠੀਕ ਐ ਸੋ ਹੁਣ ਮੈਂ ਤੁਹਾਨੂੰ ਕਰਵਾਉਂਗਾ ਸਟੋਰੇਜ ਇਹਨਾਂ ਵਿੱਚੋਂ ਵੀ ਕੁਐਸਚਨ ਬਣਦਾ ਐ ਠੀਕ ਐ ਉਹ ਮੈਂ ਕਰਵਾਉਣਾ ਤੁਹਾਨੂੰ ਜਿਹੜਾ ਡਾਟਾ ਸਟੋਰ ਹੁੰਦਾ ਐ ਉਹ ਅਲੱਗ-ਅਲੱਗ ਯੂਨਟਾਂ ਦੇ ਵਿੱਚ ਸਟੋਰ ਹੁੰਦਾ ਜਿਵੇਂ ਬਿਟ ਨਿਪਲ ਬਾਈਟ ਕਿਲੋਬਾਈਟ ਮੈਗਾਬਾਈਟ ਗੀਗਾਬਾਈਟ ਠੀਕ ਐ ਸੋ ਇਹਨਾਂ ਵਿੱਚੋਂ ਕੁਐਸਚਨ ਰਹੇਗਾ ਪੇਪਰ ਵਿੱਚ ਆਉਂਦਾ ਹੀ ਆਉਂਦਾ ਠੀਕ ਐ ਇੱਕ ਕੁਐਸਚਨ ਤੁਹਾਡੇ ਪੇਪਰ ਵਿੱਚ ਆਉਣ ਦੀ ਉਮੀਦ ਹੈ। ਸੋ ਸਟੋਰੇਜ ਸਭ ਤੋਂ ਪਹਿਲਾਂ ਜਿਹੜੀ ਸਟਾਰਟ ਹੁੰਦੀ ਆ ਉਹ ਹੁੰਦੀ ਹੈ ਬਿਟ ਤੋਂ। ਠੀਕ ਹੈ। ਇੱਕ ਬਿਟ ਦੇ ਵਿੱਚ ਕੀ ਹੁੰਦਾ ਏ? ਇਸ ਨੂੰ ਬਿਨਰੀ ਡਿਜੀਟ ਵੀ ਕਿਹਾ ਜਾਂਦਾ। ਜੋ ਕਿ ਸਿੰਗਲ ਹੋ ਸਕਦਾ ਜਾਂ ਫਿਰ 0 ਐਂਡ 1। ਠੀਕ ਹੈ। ਜਿਹੜਾ ਇੱਕ ਬਿਟ ਹੁੰਦਾ। ਜਿਹੜਾ ਅੱਗੇ ਆ ਜਾਂਦਾ ਨਿਪਲ। ਨਿਪਲ ਬਣਦਾ ਚਾਰ ਬਿਟਸ ਨੂੰ ਮਿਲਾ ਕੇ। ਠੀਕ ਹੈ। ਚਾਰ ਬਿਟਸ ਨੂੰ ਮਿਲਾ ਕੇ ਕੀ ਬਣਦਾ ਏ ਨਿੱਬਲ ਯਾਦ ਰੱਖਿਓ ਨਿੱਬਲ ਬਣਦਾ ਚਾਰ ਬਿਟਸ ਨੂੰ ਮਿਲਾ ਕੇ ਇਹ ਕੁਐਸਚਨ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਏ ਕਿ ਇੱਕ ਨਿੱਬਲ ਦੇ ਵਿੱਚ ਕਿੰਨੇ ਬਿਟ ਹੁੰਦੇ ਆ ਤਾਂ ਉਸ ਦੇ ਵਿੱਚ ਚਾਰ ਬਿਟ ਹੁੰਦੇ ਆ ਠੀਕ ਹੈ ਸੋ ਨੈਕਸਟ ਆ ਗਿਆ ਆਪਣੇ ਕੋਲ ਵਾਈਟ ਠੀਕ ਹੈ ਵਾਈਟ ਆ ਜਿਹੜਾ ਇਹ ਇਸ ਦੇ ਵਿੱਚ ਹੁੰਦੇ ਆ 8 ਬਿਟਸ ਠੀਕ ਹੈ 8 ਬਿਟਸ ਦਾ ਇੱਕ ਬਾਈਟ ਬਣਦਾ ਏ ਇਹ ਵੀ ਕੁਐਸਚਨ ਆ ਜੋ ਕਿ ਆ ਪ੍ਰਾਣੀ ਪੇਪਰਾਂ ਦੇ ਵਿੱਚ ਯਾਦ ਰੱਖਿਓ ਅ 4 ਬਾਈਟਸ ਦਾ ਇੱਕ ਨਿੱਬਲ ਬਣਦਾ 8 ਬਾਈਟਸ ਦਾ ਅ 8 ਬਿਟਸ ਦਾ ਸੋਰੀ 8 ਬਿਟਸ ਦਾ ਬਣਦਾ ਏ ਇੱਕ ਬਾਈਟ 4 ਬਿਟਸ ਦਾ ਬਣਦਾ ਇੱਕ ਨਿੱਪਲ ਠੀਕ ਹੈ ਬਿਟ ਦੇ ਵਿੱਚ ਇੱਕ ਅ ਵੈਨਰੀ ਡਿਜੀਟ ਸਿੰਗਲ ਔਰ 0.1 ਹੋ ਸਕਦਾ ਠੀਕ ਹੈ ਨੈਕਸਟ ਆ ਗਿਆ KB KB ਦੇ ਵਿੱਚ ਕਿੰਨੇ ਬਾਈਟਸ ਹੁੰਨੇ ਆ 1024 ਬਾਈਟਸ ਜਦੋਂ ਹੋ ਜਾਂਦੇ ਆ ਤਾਂ 1 KB ਬਣ ਜਾਂਦਾ ਹੈ ਉਸ ਤੋਂ ਬਾਅਦ ਆ ਗਿਆ MB ਜਦੋਂ 1024 KB ਹੋ ਜਾਂਦੇ ਆ ਤਾਂ 1 MB ਬਣ ਜਾਂਦਾ ਹੈ ਉਸ ਤੋਂ ਬਾਅਦ ਆ ਗਿਆ GB ਗੀਗਾਬਾਈਟ ਜਦੋਂ 1024 MB ਹੋ ਜਾਂਦੇ ਆ ਤਾਂ ਕੀ ਬਣ ਜਾਂਦਾ ਗੀਗਾਬਾਈਟ ਉਸ ਤੋਂ ਬਾਅਦ ਆ ਗਿਆ ਟੈਰਾਬਾਈਟ ਟੀਵੀ ਜਦੋਂ 1024 ਜੀਬੀ ਹੋ ਜਾਂਦੀ ਤਾਂ ਬਣ ਜਾਂਦਾ ਟੀਵੀ ਉਸ ਤੋਂ ਬਾਅਦ ਆ ਗਿਆ ਅੱਗੇ ਵੀ ਤੁਸੀਂ ਟੀਵੀ ਤੱਕ ਪੜਿਆ ਹੋਣਾ ਪਰ ਇਹ ਅੱਗੇ ਵੀ ਹੈ ਠੀਕ ਹੈ ਪੈਂਟਾਬਾਈਟ ਪੀਵੀ 1024 ਟੀਵੀ ਦਾ ਬਣਦਾ ਪੈਂਟਾਬਾਈਟ ਐਕਸਾਬਾਈਟ ਆ ਜਾਂਦਾ 1024 ਪੀਵੀ ਦਾ ਅੱਗੇ ਐਕਸਾਬਾਈਟ ਬਾਈਟ ਤੇ ਜਿਟਾਬਾਈਟ ਆ ਜਾਂਦਾ 1024 ਐਕਸਾਬਾਈਟ ਦਾ ਠੀਕ ਹੈ ਨੈਕਸਟ ਆ ਗਿਆ ਜੋਟਾ ਬਾਈਟ ਇਹ ਆ ਗਿਆ 1024 ਜੀਟਾ ਬਾਈਟ ਦਾ ਠੀਕ ਹੈ ਮੈਨ ਤੁਸੀਂ ਟੀਵੀ ਤੱਕ ਜ਼ਿਆਦਾ ਰੱਖ ਲਓ ਠੀਕ ਹੈ ਕਈ ਵਾਰ ਪੇਪਰ ਦੇ ਵਿੱਚ ਐਵੇਂ ਆ ਜਾਂਦਾ ਕਿ ਇਹਨਾਂ ਨੂੰ ਤੁਸੀਂ ਅਰੇਂਜ ਕਰੋ ਪਹਿਲਾਂ ਸਭ ਤੋਂ ਛੋਟਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਸਭ ਤੋਂ ਛੋਟਾ ਆ ਗਿਆ ਬਿਟ ਉਸ ਤੋਂ ਬਾਅਦ ਆ ਗਿਆ ਨਿਪਲ ਫਿਰ ਆ ਗਿਆ ਬਾਈਟ ਫਿਰ ਆ ਗਿਆ ਕੇਵੀ ਕਿਲੋਬਾਈਟ ਫਿਰ ਆ ਗਿਆ ਐਮਬੀ ਮੈਗਾਬਾਈਟ ਫਿਰ ਆ ਗਿਆ ਜੀਵੀ ਗਿਗਾਬਾਈਟ ਫਿਰ ਆ ਗਿਆ ਟੀਵੀ ਟੈਰਾਬਾਈਟ ਠੀਕ ਹੈ ਮੈਨ ਤੁਸੀਂ ਯਾਦ ਰੱਖਣਾ ਨਿੱਬਲ ਦੇ ਵਿੱਚ ਕਿੰਨੇ ਬਟ ਹੋਣੇ ਆ 4 ਵਾਈਟ ਦੇ ਵਿੱਚ ਕਿੰਨੇ ਬਟ ਹੋਣੇ ਆ 8 ਕਿਲੋਬਾਈਟ ਦੇ ਵਿੱਚ ਕਿੰਨੇ ਵਾਈਟ ਹੁੰਨੇ ਆ 1024 ਤੇ 1 MB ਦੇ ਵਿੱਚ ਕਿੰਨੇ KB ਹੁੰਨੇ ਆ 1024 1 GB ਦੇ ਵਿੱਚ ਕਿੰਨੇ MB ਹੁੰਨੇ ਆ 1024 ਠੀਕ ਹੈ 1 TB ਦੇ ਵਿੱਚ ਕਿੰਨੇ GB ਹੁੰਨੇ ਆ 1024 ਠੀਕ ਹੈ ਸੋ ਇਹ ਮੇਨ ਕੁਐਸਚਨ ਬਣਦੇ ਆ ਜੁਨਿਟ ਐਂਡ ਸਟੋਰੇਜ ਦੇ ਦੇ ਠੀਕ ਹੈ ਸੋ ਬੇਸਿਕ ਕੰਪਿਊਟਰ ਲਗਭਗ ਤੁਹਾਨੂੰ ਮੈਂ ਕਰਵਾਤਾ ਇਹ ਬੇਸਿਕ ਕੰਪਿਊਟਰ ਵਿੱਚ ਇੱਕ ਦੋ ਕੁਐਸਚਨ ਤੁਹਾਨੂੰ ਆਏਗਾ ਬਾਕੀ ਜਿਹੜੇ ਨੈਕਸਟ ਟਾਪਿਕ ਆ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਉਹ ਵੀ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਕਵਰ ਕਰਵਾ ਦੇਣੇ ਆ ਉਮੀਦ ਕਰਦਾ ਕਿ ਇਹਨਾਂ ਵਿੱਚੋਂ ਕੁਐਸਚਨ ਤੁਹਾਨੂੰ ਆਉਣਗੇ ਕਿਉਂਕਿ ਮੈਂ ਤੁਹਾਨੂੰ ਜਿਸ ਤਰ੍ਹਾਂ ਦੇ ਕੁਐਸਚਨ ਪੇਪਰ ਵਿੱਚ ਆ ਸਕਦੇ ਆ ਉਹੀ ਮੈਂ ਤੁਹਾਨੂੰ ਕਰਵਾਏ ਆ ਠੀਕ ਹੈ ਸੋ ਜਿਨ੍ਹਾਂ ਨੇ ਵੀ ਨੋਟਸ ਲੈਣਾ ਚਾਹੁੰਦੇ ਆ ਜੋ ਵੀ ਉਹ ਮੇਰੇ ਵਟਸਐਪ ਦੇ ਉੱਤੇ ਸੰਪਰਕ ਕਰ ਸਕਦੇ ਆ ਬਾਕੀ ਟੈਲੀਗ੍ਰਾਮ ਦਾ ਲਿੰਕ ਜਰੂਰ ਲੈ ਲਓ ਮੇਰੇ ਤੋਂ ਸਪੈਸ਼ਲ ਗਰੁੱਪ ਬਣਾਇਆ ਹੋ ਉਸਦੇ ਵਿੱਚ ਐਡ ਹੋ ਜਿਓ ਧੰਨਵਾਦ